ਹਾਤ ਵਸ ਮੂਰਤ ਪਹਿਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ ਹਰੇ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਸ਼ਬਦਾਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਇਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੌਸ਼ਨੇ ਚਿਰਾਗ ਨੂਰੇ ਨਜ਼ਰ ਗਿਆਨ ਦੇ ਸਾਗਰ ਸਮੁੱਚੀ ਮਨੁੱਖਤਾ ਦੇ ਸਾਂਝਾ ਆਤਮਕ ਭੰਡਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਤਸੰਗਤ ਜੀਓ ਗੁਰੂ ਕੀ ਬਖਸ਼ੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਦਕੇ ਗੁਰੂ ਤੁਹਾਡੇ ਤੋਂ ਗੁਰੂ ਦੀ ਗੋਦ ਤੱਕ ਪੁੱਜੇ ਹੋ। ਜਦ ਬਾਰਾਂ ਮਾਹ ਦੀ ਬਾਣੀ ਦੇ ਵਿੱਚੋਂ ਕਿਸੇ ਦੀ ਮਹੀਨੇ ਬਾਰੇ ਜੋ ਬਾਣੀ ਲਿਖੀ ਗਈ ਹੈ ਵਿਚਾਰ ਕਰਦੇ ਹਾਂ ਅਤੇ ਨਿਚੋੜ ਇਹਦਾ ਫੈਸਲਾ ਅਖੀਰ ਵਿੱਚ ਸਤਿਗੁਰੂ ਜੀ ਨੇ ਬਾਰਾਂ ਮਹੀਨਿਆਂ ਤੋਂ ਬਾਅਦ ਦਿੱਤਾ ਹੈ। ਮਹਾ ਦਿਵਸ ਮੂਰਤ ਭਲੇ ਕਹਿੰਦੇ ਉਸ ਮਨੁੱਖ ਦਾ ਹਰ ਇੱਕ ਪਲ ਮਹੂਰਤ ਦਿਨ ਹਫ਼ਤਾ ਮਹੀਨਾ ਸਾਲ ਪੂਰਾ ਜੀਵਨ ਭਲਾ ਬਣ ਜਾਂਦਾ ਹੈ। ਕਿਸ ਦਾ? ਜਿਸ ਕਉ ਨਦਰ ਕਰੇ, ਜਿਸ ਉੱਤੇ ਕਿਰਪਾ ਰੂਪੀ ਨਿਗਾਹ ਨਜ਼ਰ ਗੁਰੂ ਦੀ ਪੈ ਰਹੀ ਹੋਵੇ। ਅਤੇ ਹਰ ਇੱਕ ਸਿੱਖ ਦੇ ਮਨ ਦੀ ਇਹ ਪ੍ਰਬਲ ਇੱਛਾ ਹੁੰਦੀ ਹੈ ਕਿ ਮੇਰਾ ਹਰ ਇੱਕ ਦਿਨ, ਮੇਰਾ ਹਰ ਇੱਕ ਹਫ਼ਤਾ ਮਹੀਨਾ ਸਾਲ ਗੁਰੂ ਦੀ ਨਦਰੇ ਇਨਾਇਤ ਤੋਂ ਆਰੰਭ ਹੋਵੇ। ਭਾਵ ਕਿ ਗੁਰੂ ਦੀ ਕਿਰਪਾ ਮੇਰੇ ਉੱਤੇ ਬਣੀ ਰਹੇ। ਅਤੇ ਜੇ ਮਹੀਨਾ ਤੁਸੀਂ
ਗੁਰੂ ਦੀ ਗੋਦ ਤੋਂ ਗੁਰੂ ਦੀ ਨਜ਼ਰ 'ਚ ਰਹਿ ਕੇ ਆਰੰਭ ਕਰ ਰਹੇ ਹੋ ਅਤੇ ਕਿਰਪਾ ਜ਼ਰੂਰ ਮਿਲਣੀ ਹੈ। ਆਪਾਂ ਰਲ ਕੇ ਮੰਗੀਏ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਲੱਖਾਂ ਖੁਸ਼ੀਆਂ ਅਤੇ ਪਾਤਸ਼ਾਹੀਆਂ ਉਹਨੂੰ ਮਿਲ ਜਾਂਦੀਆਂ ਨੇ ਜੇ ਸਤਿਗੁਰੂ ਜੀ ਦੀ ਕਿਰਪਾ ਰੂਪੀ ਨਦਰ ਪੈ ਰਹੀ ਹੋਵੇ। ਮਹੀਨਾ ਹੈ ਜੇਠ ਦਾ, ਗੱਲ ਰਿਪੀਟ ਹੋਵੇ ਤਾਂ ਪਕੜ ਵਿੱਚ ਆ ਜਾਂਦੀ ਹੈ। ਕਈ ਵਾਰੀ ਸਾਨੂੰ ਨਿੰਦਾ ਚੁਗਲੀ ਜਾਂ ਕਿਸੇ ਦੀ ਕੱਢੀ ਹੋਈ ਗਾਲ, ਬੁਰਾ ਬਚਨ ਜ਼ਿੰਦਗੀ ਭਰ ਨਹੀਂ ਭੁੱਲਦਾ, ਉਹ ਲਿਖਿਆ ਰਹਿੰਦਾ, ਉਹ ਦੁਸ਼ਮਣੀ ਚੱਲਦੀ ਰਹਿੰਦੀ ਹੈ ਕਿ ਇਹਨੇ ਫਲਾਣੇ ਦਿਨ ਮੈਨੂੰ ਇੰਨੇ ਸਾਲ ਪਹਿਲਾਂ ਮੈਨੂੰ ਇਹ ਕੁਝ ਕਿਹਾ ਸੀ। ਪਰ ਗੁਰੂ ਦੀ ਗੱਲ ਜਿਹੜੀ ਹੈ, ਗੁਰਦੁਆਰੇ ਬੈਠ ਕੇ ਸੁਣ ਰਹੇ ਹੋਵਾਂਗੇ, ਸੁਣਦਿਆਂ ਹੀ ਭੁੱਲ ਜਾਵਾਂਗੇ, ਕਿਉਂਕਿ ਚੰਗੀ ਗੱਲਾਂ ਚੇਤੇ ਨਹੀਂ ਰਹਿੰਦੀਆਂ ਛੇਤੀ। ਅਤੇ ਚਾਹੀਦਾ ਤਾਂ ਇਹ ਹੀ ਹੈ ਨਾ ਕਿ ਚੰਗੀ ਗੱਲ ਨੂੰ ਯਾਦ ਰੱਖੀਏ ਅਤੇ ਬੁਰੀ ਗੱਲ ਨੂੰ ਮਿਟਾ ਦਈਏ। ਕਿਉਂਕਿ ਤਸਵੀਰ ਉਮੀਦੋਂ ਕੀ ਆਈਨਾ ਮਲਾਲੋਂ ਕਾ ਇਨਸਾਂ ਜਿਸੇ ਕਹਤੇ ਹੈ ਮੁਅੱਸਰ ਹੈ ਖਿਆਲੋਂ ਕਾ। ਬੰਦੇ ਦੀ ਹਾਲਤ ਕੀ ਹੈ? ਉਮੀਦਾਂ ਦੀ ਤਸਵੀਰ ਹੈ, ਮੁਅੱਸਰ ਹੈ ਖਿਆਲੋਂ ਕਾ। ਜਿਹੋ ਜਿਹੇ ਅੰਦਰ ਖਿਆਲ ਤੁਰਦੇ ਰਹਿਣਗੇ, ਉਹੋ ਜਿਹੇ ਵਿਚਾਰ ਪੈਦਾ ਹੋਣਗੇ ਅਤੇ ਉਹੋ ਜਿਹਾ ਜੀਵਨ ਬਣ ਜਾਵੇਗਾ। ਹੁਣ ਜ਼ਹਿਰ ਕੀ ਹੈ? ਔਗੁਣ। ਅੰਮ੍ਰਿਤ ਕੀ ਹੈ? ਗੁਣ। ਹੁਣ ਜੇ ਤੁਹਾਡੇ ਅੰਦਰ ਕਿਸੇ ਦੇ ਪ੍ਰਤੀ ਲਗਾਤਾਰ ਦੁਸ਼ਮਣੀ ਚੱਲ ਰਹੀ ਹੈ ਕਿ ਫਲਾਣੇ ਦਿਨ ਉਹਨੇ ਮੈਨੂੰ ਇਹ ਕੁਝ ਕਿਹਾ ਸੀ, ਛੱਡਣਾ ਮੈਂ ਵੀ ਨਹੀਂ ਹੈ, ਜਿਸ ਦਿਨ ਮੈਨੂੰ ਮੌਕਾ ਮਿਲਿਆ ਨਾ ਉਹਨੂੰ ਚਾਰ ਬੰਦਿਆਂ ਦੇ ਅੰਦਰ ਬੇਇੱਜ਼ਤ ਕਰਾਂਗਾ, ਅਤੇ ਕੀ ਜ਼ਹਿਰ ਚੱਲ ਰਿਹਾ ਅੰਦਰ? ਨਫ਼ਰਤ ਜ਼ਹਿਰ ਹੈ, ਮਿੱਤਰਤਾ ਸਵਰਗ ਹੈ, ਸੱਚਖੰਡ ਹੈ। ਨਹਿ ਕੋ ਬੈਰੀ ਨਹਿ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਕਦ ਵਿਸਰ ਗਈ ਪਰਾਈ ਤਾਤ, ਮਤਲਬ ਪਰਾਏ ਦਾ ਬੁਰਾ ਕਰਨਾ, ਜਦ ਸਾਧ ਸੰਗਤ ਮਿਲੀ। ਕੋਈ ਬੇਗਾਨਾ ਨਹੀਂ ਰਹਿ ਗਿਆ, ਕੋਈ ਵੈਰੀ ਨਹੀਂ ਰਹਿ ਗਿਆ। ਪਰ ਇਹ ਤਾਂ ਇੱਕ ਅਵਸਥਾ ਹੈ ਨਾ ਜੀਵਨ ਦੀ, ਐਸੀ ਗੱਲ ਨਹੀਂ ਕਿ ਵੈਰੀ ਮੁੱਕ ਜਾਂਦੇ ਨੇ। ਵੈਰੀ ਤੁਹਾਡੇ ਨੇੜੇ ਤੇੜੇ ਹੀ ਹੁੰਦੇ ਨੇ, ਅਤੇ ਸਭ ਤੋਂ ਵੱਧ ਦੁਸ਼ਮਣ ਅਤੇ ਵੈਰੀ ਘਰ ਵਿੱਚੋਂ ਮਿਲਣਗੇ ਜਾਂ ਨੇੜੇ ਤੇੜੇ ਮਿਲਣਗੇ। ਉਹ ਇੱਕ ਵਾਰੀ ਦਾਸ ਕਿਸੇ ਨੂੰ ਮਿਲਣ ਗਿਆ ਹੋਸਪਿਟਲ, ਇੱਧਰ ਬਤਰਾ ਹੋਸਪਿਟਲ, ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਅਕਸਰ ਉੱਥੇ ਜਦ ਬਿਮਾਰ ਹੁੰਦੇ ਸਨ ਅਤੇ ਹੁੰਦੇ ਸਨ, ਅਤੇ ਉੱਥੇ ਲਿਖਿਆ ਹੋਇਆ ਸੀ ਦੀਵਾਰ ਉੱਤੇ ਦੋ ਲਾਈਨਾਂ, ਐ ਖੁਦਾ ਮੁਝੇ ਅਪਨੋ ਸੇ ਬਚਾ ਲੇ, ਗੈਰੋਂ ਸੇ ਆਪਣੇ ਆਪ ਨਿਪਟ ਲੂੰਗਾ। ਖੈਰ, ਗੈਰਾਂ ਨਾਲ ਵੀ ਬੰਦਾ ਨਿਪਟ ਕੀ ਸਕੇਗਾ, ਵਾਹਿਗੁਰੂ ਦੇ ਹੱਥ ਹੈ ਸਭ ਕੁਛ। ਪਰ ਵਾਕਈ ਆਪਣੇ ਜਿਹੜੇ ਨੇ ਨਾ,
ਉਹ ਪਿੱਠ 'ਚ ਛੁਰਾ ਮਾਰਦੇ ਨੇ, ਆਪਣੇ ਬਣ ਕੇ ਮਾਰਦੇ ਨੇ। ਪ੍ਰਿਥੀ ਚੰਦ ਨੇ ਨਹੀਂ ਮਾਰਨ ਦਾ ਯਤਨ ਕੀਤਾ, ਕਿੰਨਾ ਕੁਝ ਕੀਤਾ। ਸਕਾ ਭਰਾ ਹੁੰਦੀਆਂ ਹੋਇਆਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਤੇ ਮਾਸੂਮ ਬੱਚਾ ਜਿਹਨੇ ਹਾਲੇ ਜਨਮ ਹੀ ਲਿਆ ਹੈ ਅਤੇ ਦਾਈ ਰਾਹੀਂ ਹੀ ਇਹ ਇੰਤਜ਼ਾਮ ਕਰਨਾ ਕਿ ਉਹਨੂੰ ਜ਼ਹਿਰ ਦੁੱਧ ਪਿਵਾਉਣ ਦੇ ਬਹਾਨੇ ਪਿਵਾ ਕੇ ਮਾਰ ਦਿਓ। ਇਹ ਆਪਣੇ ਹੀ ਵੈਰੀ ਹੁੰਦੇ ਨੇ ਜ਼ਿਆਦਾਤਰ। ਪਰ ਜੇ ਤੁਸੀਂ ਗੁਰੂ ਦਾ ਓਟ ਆਸਰਾ ਲੈ ਲੈਂਦੇ ਹੋ, ਤੁਹਾਡੀ ਅਵਸਥਾ ਤੁਹਾਡਾ ਅੰਦਰ ਇਹੋ ਜਿਹਾ ਬਣ ਜਾਂਦਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਤੁਸੀਂ ਦੁਸ਼ਮਣੀ ਨੂੰ ਭੁਲਾ ਕੇ ਤੁਸੀਂ ਮਿੱਤਰਤਾ ਵਾਲੇ ਰਾਹ 'ਤੇ ਤੁਰਦੇ ਹੋ, ਤੁਸੀਂ ਹਰ ਹਾਲ ਵਿੱਚ ਇਹ ਸਿਧਾਂਤ ਚੇਤੇ ਰੱਖਦੇ ਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਸੀਂ ਜਿਤਨੇ ਜ਼ੋਰ ਨਾਲ ਦੂਜੇ ਦਾ ਭਲਾ ਸੋਚਦੇ ਹੋ, ਅੱਜ ਤਾਂ ਸਾਇੰਸ ਨੇ ਵੀ ਮੰਨ ਲਿਆ ਕਿ ਜੇ ਸਾਹਮਣੇ ਵਾਲਾ ਤੁਹਾਡਾ ਬੁਰਾ ਵੀ ਸੋਚ ਰਿਹਾ ਹੈ, ਪਰ ਉਸ ਤੋਂ ਵੱਧ ਤਾਣ ਨਾਲ ਤੁਸੀਂ ਉਹਦਾ ਭਲਾ ਸੋਚਣਾ ਆਰੰਭ ਕਰ ਦਿੰਦੇ ਹੋ, ਅਤੇ ਉਹਦੇ ਅੰਦਰ ਵੀ ਧੀਰੇ ਧੀਰੇ ਉਹ ਦੁਸ਼ਮਣੀ ਦੀ ਭਾਵਨਾ ਮਿਟਣੀ ਆਰੰਭ ਹੋ ਜਾਂਦੀ ਹੈ। ਉਹ ਬੁਰਾ ਸੋਚਣਾ ਧੀਰੇ ਧੀਰੇ ਘੱਟ ਕਰਦਾ ਚਲਾ ਜਾਂਦਾ ਹੈ, ਅਤੇ ਇੱਕ ਦਿਨ ਤੁਹਾਡੀ ਨੇੜਤਾ ਵੱਧ ਅਤੇ ਵੱਧ ਦੇ ਤੁਸੀਂ ਉਹਦੇ ਅੰਦਰੋਂ ਵੀ ਉਹ ਜ਼ਹਿਰ ਖਤਮ ਕਰ ਦਿੰਦੇ ਹੋ। ਖੈਰ ਇਹ ਕਿਤੋਂ ਮਿਲੇਗੀ ਅਵਸਥਾ? ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਹੁਣ ਸੰਗਤ ਤਾਂ ਕਈ ਪ੍ਰਕਾਰ ਦੀ ਹੈ। ਸੰਗਤ ਤਾਂ ਸ਼ਾਮਾਂ ਵੇਲੇ ਜਦ 5-10 ਮਿੱਤਰ ਬੈਠਦੇ ਨੇ, ਅਤੇ ਸ਼ਰਾਬਾਂ ਦੇ ਦੌਰ ਵਾਲੀ ਸੰਗਤ ਵੀ ਹੈ, ਜਿਹੜੇ ਨਿੰਦਕ ਲੋਕ ਨੇ ਜਿਨ੍ਹਾਂ ਨੇ ਕਰਨੀ ਨਿੰਦਾ ਹੈ, ਉਹਨਾਂ ਕੋਲ ਬੈਠੋਗੇ ਅਤੇ ਉਹੋ ਜਿਹੇ ਬਣੋਗੇ। ਅਤੇ ਸੰਗਤ ਕੈਸੀ ਕਰੀਏ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ। ਇਹ ਜਿੱਥੇ ਤੁਸੀਂ ਹੁਣ ਬੈਠੇ ਹੋ, ਇੱਕ ਨਾਮ ਦੀ ਵਿਚਾਰ, ਇੱਕੋ ਪਰਮਾਤਮਾ ਵਾਹਿਗੁਰੂ ਦੀ ਗੱਲ। ਅਤੇ ਦਾਸ ਅਰਜ ਕਰ ਰਿਹਾ ਸੀ ਕਿ ਜੇਠ ਦਾ ਮਹੀਨਾ। ਹੁਣ ਜੇਠ ਸ਼ਬਦ ਆਮ ਤੌਰ 'ਤੇ ਅਸੀਂ ਦੁਨੀਆ 'ਚ ਲੈਂਦੇ ਹੀ ਹਾਂ। ਕੋਈ ਵੀ ਭੈਣ ਆਪਣੇ ਪਤੀ ਦੇ ਵੱਡੇ ਭਰਾ ਨੂੰ ਜੇਠ ਕਹਿ ਕੇ ਬੁਲਾਉਂਦੀ ਹੈ, ਛੋਟੇ ਨੂੰ ਕਿਉਂ ਨਹੀਂ ਕਹਿੰਦੀ ਜੇਠ, ਵੱਡੇ ਨੂੰ ਕਹਿੰਦੀ ਹੈ? ਇਹਦਾ ਮਤਲਬ ਜੇਠ ਦਾ ਅਰਥ ਹੈ ਵੱਡਾ। ਘਰ ਦੇ 'ਚ ਜੋ ਵੱਡਾ ਪੁੱਤਰ ਹੁੰਦਾ ਸੀ ਉਹਨੂੰ ਜੇਠਾ ਪੁੱਤਰ ਕਿਹਾ ਜਾਂਦਾ ਸੀ, ਅਤੇ ਜਿਹੜੀ ਵੱਡੀ ਬੇਟੀ ਹੁੰਦੀ ਸੀ ਉਹਨੂੰ ਜੇਠੀ ਬੇਟੀ, ਜੇਠੀ ਪੁੱਤਰੀ ਕਿਹਾ ਜਾਂਦਾ ਸੀ। ਕਈ ਵਾਰੀ ਤਾਂ ਨਾਮ ਹੀ ਉਹ ਮਿਲ ਜਾਂਦੇ ਸਨ, ਜੇਠਾ ਜੇਠੀ। ਗੁਰੂ ਰਾਮਦਾਸ ਸਾਹਿਬ ਸਤਿਗੁਰੂ ਪਹਿਲੇ ਪੁੱਤਰ ਸਨ, ਜੇਠੇ ਪੁੱਤਰ ਸਨ, ਅਤੇ ਫਿਰ ਨਾਮ ਜੇਠਾ ਪੈ ਗਿਆ ਸੀ। ਸਾਬਤ ਕੀ ਹੋਇਆ ਕਿ ਜੇਠ ਇਸ ਮਹੀਨੇ ਨੂੰ ਨਾਮ ਐਵੇਂ ਨਹੀਂ ਮਿਲ ਗਿਆ ਹੈ। 12 ਮਹੀਨਿਆਂ ਵਿੱਚੋਂ ਜੇਠ ਦਾ ਮਹੀਨਾ ਵੱਡਾ ਹੈ, ਇਹਦੇ 'ਚ ਦਿਨ ਜ਼ਿਆਦਾ ਨੇ।
ਅਤੇ ਇਹਨੂੰ ਜੇਠ ਕਿਹਾ ਗਿਆ। ਪਰ ਕੇਵਲ ਜੇਠ ਨਹੀਂ, ਸਤਿਗੁਰੂ ਜੀ ਨੇ ਇਸ ਮਹੀਨੇ ਦੇ ਵਿੱਚ ਇੱਕ ਹਟ ਕੇ ਗੱਲ ਕੀਤੀ ਹੋਰ ਮਹੀਨਿਆਂ ਤੋਂ। ਤੁਸੀਂ ਵੇਖਦੇ ਹੋ ਦੂਜੇ ਮਹੀਨੇ, ਹਰ ਮਹੀਨੇ ਤੁਸੀਂ ਸੰਗਰਾਂਦ ਵਾਲੇ ਦਿਨ ਸੁਣਦੇ ਹੋ ਅਤੇ ਮਹੀਨੇ ਦੇ ਨਾਮ ਤੋਂ ਵਿਚਾਰ ਆਰੰਭ ਹੁੰਦੀ ਹੈ, ਬਾਣੀ ਆਰੰਭ ਹੁੰਦੀ ਹੈ। ਜਿਸ ਤਰ੍ਹਾਂ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਸਭ ਤੋਂ ਪਹਿਲਾਂ ਮਹੀਨੇ ਦਾ ਨਾਮ। ਮੰਘਰ ਮਾਹ ਸੁਹੰਦੀਆਂ, ਮੱਘਰ ਪਹਿਲਾ ਨਾਮ। ਭਾਦੋ ਏ ਭਰਮ ਭੁਲਾਉਣੀਆਂ, ਭਾਦੋਂ ਤੋਂ ਗੱਲ ਸ਼ੁਰੂ ਹੋਈ। ਇਸੇ ਤਰ੍ਹਾਂ ਫੱਗਣ ਦਾ ਮਹੀਨਾ, ਫਲਗੁਣ ਆਨੰਦ ਉਪਾਰ ਜਨਾ, ਸਭ ਤੋਂ ਪਹਿਲਾਂ ਮਹੀਨੇ ਦਾ ਨਾਮ ਆਉਂਦਾ ਹੈ। ਜਿਸ ਤਰ੍ਹਾਂ ਵੈਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋ। ਹਰ ਇੱਕ ਮਹੀਨੇ ਦਾ ਨਾਮ ਮਹੀਨੇ ਤੋਂ ਆਰੰਭ ਹੋ ਰਿਹਾ ਹੈ, ਪਰ ਇਸ ਮਹੀਨੇ ਦਾ ਨਾਮ ਮਹੀਨੇ ਤੋਂ ਆਰੰਭ ਨਹੀਂ ਹੁੰਦਾ। ਇੱਥੇ ਕੀ ਹੈ, ਹਰ ਜੇਠ, ਹਰ ਪਹਿਲਾਂ ਲਾ ਦਿੱਤਾ, ਮਤਾਂ ਤੈਨੂੰ ਭੁਲੇਖਾ ਪੈ ਜਾਵੇ ਕਿ ਮਹੀਨਾ ਵੱਡਾ ਹੈ, ਜਾਂ ਕਿਸੇ ਭੈਣ ਦੇ ਪਤੀ ਦਾ ਭਰਾ ਜੇਠ ਵੱਡਾ ਹੈ, ਜਾਂ ਜਿਹਨੇ ਪਹਿਲਾਂ ਜਨਮ ਲੈ ਲਿਆ ਉਹ ਵੱਡਾ ਹੈ। ਕਹਿੰਦੇ ਇਹ ਵਡਿਆਈ ਕੋਈ ਵਡਿਆਈ ਨਹੀਂ ਹੈ, ਇਹ ਵੱਡਾਪਨ ਕੋਈ ਵੱਡਾਪਨ ਨਹੀਂ ਹੈ। ਛੋਟੇ ਹੁੰਦਿਆਂ ਦੇਰ ਨਹੀਂ ਲੱਗਦੀ, ਘਟਦਿਆਂ ਦੇਰ ਨਹੀਂ ਲੱਗਦੀ, ਅਤੇ ਸਭ ਤੋਂ ਵੱਡਾ ਕੌਣ ਹੈ, ਹਰ ਜੇਠ। ਬੇਸ਼ੱਕ ਮਹੀਨੇ ਦੇ ਵਿੱਚ ਦਿਨ ਜ਼ਿਆਦਾ ਨੇ, ਮਹੀਨਾ ਵੱਡਾ ਹੈ, ਪਰ ਕਹਿੰਦੇ ਜਿਹਨੇ ਮਹੀਨਾ ਰੁੱਤਾਂ ਬਣਾਈਆਂ ਨੇ ਨਾ, ਉਹ ਸਭ ਤੋਂ ਵੱਡਾ ਹੈ। ਇਸ ਕਰਕੇ ਪਹਿਲਾਂ ਹਰ ਸ਼ਬਦ ਵਰਤਿਆ, ਹਰ ਜੇਠ, ਹਰੀ ਵਾਹਿਗੁਰੂ ਸਭ ਤੋਂ ਵੱਡਾ ਹੈ। ਜੁੜਨ ਦਾ ਲੋੜ ਹੀ ਹੈ, ਉਸ ਵੱਡੇ ਨਾਲ ਜੁੜਨਾ ਲੋੜੋ। ਲੋੜੋ ਮਤਲਬ ਸੋਚੋ, ਚਾਹੋ, ਮੰਗੋ। ਇੱਕ ਗੱਲ ਚੇਤੇ ਰੱਖਿਓ, ਵੱਡੇ ਨਾਲ ਜੁੜ ਕੇ ਮਨੁੱਖ ਵੱਡਾ ਹੋਣਾ ਆਰੰਭ ਹੋ ਜਾਂਦਾ ਹੈ। ਅਤੇ ਵੱਡਾ ਕੌਣ ਹੈ, ਵੱਡੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਣ ਕਰਤਬਾ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਦੁਨਿਆਵੀ ਪਦਵੀ ਕੋਈ ਛੋਟੀ ਮੋਟੀ ਹੋਵੇਗੀ, ਕੋਈ ਰਾਜਾ ਮਹਾਰਾਜਾ ਹੋਵੇਗਾ, ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਹੋਵੇਗਾ, ਪਰ ਇਹ ਮਰਤਬੇ ਬਹੁਤ ਛੋਟੇ ਨੇ। ਅੱਜ ਹਨ, ਕੱਲ੍ਹ ਨਹੀਂ ਹਨ, ਪਰ ਜੋ ਉਹਦਾ ਮਰਤਬਾ ਹੈ, ਉਹਦੀ ਪਦਵੀ ਹੈ, ਉਹ ਕਦੀ ਖੋਹੀ ਨਹੀਂ ਜਾ ਸਕਦੀ। ਉਹ ਜਿੱਥੇ ਹੈ ਉਹ ਉੱਥੇ ਹੀ ਹੈ, ਉਹ ਵੱਡਾ ਹੈ ਅਤੇ ਉਹਨੇ ਹਮੇਸ਼ਾ ਹੀ ਵੱਡਾ ਰਹਿਣਾ ਹੈ। ਵੱਡੇ ਕੀਆਂ ਵਡਿਆਈਆਂ, ਉਹਦੀ ਵਡਿਆਈਆਂ ਵੀ ਬਹੁਤ ਵੱਡੀਆਂ ਨੇ। ਇਸ ਕਰਕੇ ਤੁਸੀਂ ਜਿੱਥੇ ਵੀ ਜੋ ਚੀਜ਼ ਗ੍ਰਹਿਣ ਕਰਨਾ ਚਾਹੋ, ਲੈਣਾ ਚਾਹੋ, ਉਹੀ ਤੁਹਾਨੂੰ ਮਿਲਦੀ ਹੈ। ਤੁਸੀਂ ਗੁਣਾਂ ਦੇ ਗਾਹਕ ਹੋਵੋਗੇ ਅਤੇ ਗੁਣ ਲੱਭੋਗੇ, ਤੁਸੀਂ ਔਗੁਣਾਂ ਦੇ ਗਾਹਕ ਹੋਵੋਗੇ ਅਤੇ ਔਗੁਣ ਲੱਭੋਗੇ। ਸਾਹਿਬ ਅੱਜ ਕਹਿ ਰਹੇ ਨੇ, ਹਰ ਜੇਠ ਜੁੜਨ ਦਾ ਲੋੜ ਹੀ ਹੈ, ਜਿਸ ਅੱਗੇ ਸਭ ਨਿਵਨ, ਜਿਹਦੇ ਸਾਹਮਣੇ ਸਾਰੇ ਝੁਕਦੇ ਨੇ। ਆਮ ਬੰਦਿਆਂ ਦੇ ਸਾਹਮਣੇ, ਰਾਜੇ ਮਹਾਰਾਜਿਆਂ ਦੇ ਸਾਹਮਣੇ ਕੋਈ ਡਰ ਕੇ ਝੁਕੇਗਾ, ਪਰ ਉਹ ਤਾਂ ਇਹੋ ਜਿਹਾ ਕੋ ਹਰ ਸਮਾਨ ਨਹੀਂ ਰਾਜਾ,
ਉਹਦੇ ਸਾਹਮਣੇ ਤਾਂ ਸਾਰੇ ਝੁਕਦੇ ਨੇ। ਦੁਨੀਆ ਦਾ ਐਸਾ ਕੋਈ ਮਨੁੱਖ ਨਹੀਂ ਜੋ ਉਹਦੇ ਸਾਹਮਣੇ ਨਾ ਝੁਕਦਾ ਹੋਵੇ। ਇੱਕ ਵਾਰੀ ਸ਼ਾਇਦ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਆਮ ਸ਼ਬਦ ਵਰਤਿਆ ਜਾਂਦਾ ਸੀ, ਅੱਜ ਕੱਲ੍ਹ ਸ਼ਾਇਦ ਘੱਟ ਵਰਤਿਆ ਜਾਂਦਾ ਹੈ, ਸਾਹਿਤ ਵਿੱਚੋਂ ਕੁਝ ਸ਼ਬਦ ਗੁਆਚ ਜਾਂਦੇ ਨੇ, ਪਰ ਕੋਈ ਸਨਕੀ ਬੰਦਾ ਹੋਵੇ ਨਾ, ਜਿਹਨੂੰ ਸਨਕ ਚੜ੍ਹਦੀ ਹੋਵੇ, ਕਿਸੇ ਗੱਲ ਦੇ ਪਿੱਛੇ ਇੱਕਦਮ ਪਾਗਲ ਹੋ ਜਾਂਦਾ ਹੋਵੇ, ਤਾਂ ਉਹਨੂੰ ਫਾਰਹੂਨੀ ਦਿਮਾਗ ਕਿਹਾ ਜਾਂਦਾ ਸੀ ਕਿ ਬੰਦਾ ਨਾ ਫਾਰਹੂਨੀ ਦਿਮਾਗ ਹੈ। ਹੁਣ ਫਾਰਹੂਨੀ ਦਿਮਾਗ ਇਹ ਸ਼ਬਦ ਕਿੱਥੋਂ ਮਿਲਿਆ ਸਾਹਿਤ ਨੂੰ? ਇਹ ਫਾਰਹੂਨ ਇੱਕ ਰਾਜਾ ਸੀ, ਇਹ ਰੂਸ ਸਾਈਡ ਦਾ ਇੱਕ ਰਾਜਾ ਸੀ ਜੋ ਸਨਕੀ ਦਿਮਾਗ ਦਾ ਸੀ, ਸਨਕ ਚੜ੍ਹ ਜਾਂਦੀ ਸੀ ਇਹਨੂੰ। ਅਤੇ ਇੱਕ ਵਾਰੀ ਇਹਨੂੰ ਸਨਕ ਚੜ੍ਹ ਗਈ, ਇਹ ਕਹਿੰਦਾ ਆਪਣੇ ਵਜ਼ੀਰ ਨੂੰ ਕਿ ਲੋਕ ਕਹਿੰਦੇ ਨੇ ਰੱਬ ਸਭ ਤੋਂ ਵੱਡਾ ਏ, ਵਾਹਿਗੁਰੂ ਸਭ ਤੋਂ ਵੱਡਾ ਏ, ਉਹਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ, ਉਹ ਕਿਸੇ ਤੋਂ ਹਾਰਦਾ ਨਹੀਂ, ਸਭ ਉਸ ਤੋਂ ਹਾਰਦੇ ਨੇ। ਕਹਿੰਦੇ ਮੈਂ ਤਾਂ ਕਦੀ ਉਹਨੂੰ ਵੇਖਿਆ ਨਹੀਂ ਹੈ, ਇਹ ਕਿਹੜਾ ਰੱਬ ਹੋਇਆ? ਜੇ ਕਿਤੇ ਕੋਈ ਹੈ ਤਾਂ ਮੈਂ ਉਹਦੇ ਨਾਲ ਜੰਗ ਕਰਨੀ ਹੈ, ਉਹਦੇ ਨਾਲ ਯੁੱਧ ਕਰਨਾ ਹੈ। ਅਤੇ ਵਜ਼ੀਰ ਹੁਣ ਪਤਾ ਸੀ ਸਨਕੀ ਹੈ, ਇਹਦੀ ਹਾਂ 'ਚ ਹਾਂ ਮਿਲਾਉਣੀ ਪੈਣੀ ਹੈ, ਨਹੀਂ ਤਾਂ ਇਹਨੇ ਤਾਂ ਕਤਲ ਕਰਦਿਆਂ ਦੇਰ ਨਹੀਂ ਕਰਨੀ। ਉਹਨੇ ਕਿਹਾ ਹਾਂਜੀ ਰਾਜਨ, ਤੁਸੀਂ ਜ਼ਰੂਰ ਤਿਆਰੀ ਕਰੋ, ਤੁਸੀਂ ਲੜੋ। ਅਤੇ ਕਹਿਣ ਲੱਗਾ ਇੱਕ ਗੱਲ ਦੱਸ, ਉਹਦੇ ਨਾਲ ਜੇ ਮੈਂ ਜੰਗ ਕਰਨੀ, ਫੌਜ ਲੈ ਕੇ ਜਾਵਾਂ, ਤਾਂ ਮੈਂ ਕਾਹਦੇ ਉੱਤੇ ਸਵਾਰ ਹੋ ਕੇ ਜਾਵਾਂ ਲੜਨ ਲਈ? ਉਹਨੇ ਕਿਹਾ ਜੀ ਰਾਜੇ ਮਹਾਰਾਜੇ, ਹਾਥੀ ਉੱਤੇ ਸਵਾਰ ਹੁੰਦੇ ਨੇ, ਸਭ ਤੋਂ ਵੱਡੀ ਸਵਾਰੀ ਤਾਂ ਹਾਥੀ ਹੈ। ਉਹ ਕਹਿਣ ਲੱਗਾ ਜੇ ਕਿਤੇ ਮੈਂ ਹਾਥੀ ਉੱਤੇ ਸਵਾਰ ਹੋ ਕੇ ਜਾਵਾਂਗਾ, ਤਾਂ ਫਿਰ ਤਾਂ ਜਿਸ ਰੱਬ ਨੂੰ ਵਾਹਿਗੁਰੂ ਨੂੰ ਮੈਂ ਕੁਝ ਸਮਝਦਾ ਹੀ ਨਹੀਂ, ਉਹਦਾ ਰੁਤਬਾ ਵੱਡਾ ਹੋ ਜਾਵੇਗਾ। ਕੁਝ ਹੋਰ ਸੋਚ। ਅਤੇ ਉਹਨੇ ਕਿਹਾ ਫਿਰ ਊਠ ਉੱਤੇ ਸਵਾਰ ਹੋ ਜਾਓ। ਕਹਿੰਦੇ ਨਹੀਂ, ਊਠ ਵੀ ਉੱਚਾ, ਅਤੇ ਫਿਰ ਘੋੜੇ ਉੱਤੇ ਸਵਾਰ ਹੋ ਕੇ ਜਾਓ। ਕਹਿੰਦਾ ਨਹੀਂ ਜੀ, ਘੋੜੇ ਨਾਲ ਵੀ ਉਹਦਾ ਰੁਤਬਾ ਵੱਡਾ ਹੋਵੇਗਾ। ਅਤੇ ਫਿਰ ਉਹਨੇ ਕਿਹਾ ਕਿ ਗਧੇ ਉੱਤੇ ਸਵਾਰ ਹੋ ਜਾਓ। ਕਹਿੰਦੇ ਹਾਂ ਇਹ ਗੱਲ ਠੀਕ ਹੈ, ਜੇ ਵਾਹਿਗੁਰੂ ਦੇ ਰੁਤਬੇ ਨੂੰ ਘਟਾਉਣਾ ਹੈ ਨਾ, ਮੈਂ ਉਹਨੂੰ ਕੁਝ ਸਮਝਦਾ ਹੀ ਨਹੀਂ ਹਾਂ, ਅਤੇ ਮੈਂ ਗਧੇ ਉੱਤੇ ਸਵਾਰ ਹੋ ਕੇ ਜਾਵਾਂਗਾ ਲੜਨ। ਫੌਜ ਲੈ ਲਈ ਅਤੇ ਗਧੇ ਉੱਤੇ ਸਵਾਰ ਹੋ ਕੇ ਤੁਰ ਪਿਆ। ਖਾਲੀ ਮੈਦਾਨ ਵੇਖਿਆ, ਜਿੱਥੇ ਕੋਈ ਵਸੋਂ ਨਹੀਂ ਸੀ, ਕੋਈ ਘਰ ਨਹੀਂ ਸੀ, ਉੱਥੇ ਜਾ ਕੇ ਇਹਨੇ ਲਲਕਾਰਨਾ ਸ਼ੁਰੂ ਕੀਤਾ ਪਰਮਾਤਮਾ ਵਾਹਿਗੁਰੂ ਨੂੰ, ਆ ਜਾ ਮੇਰੇ ਸਾਹਮਣੇ, ਹੁਣ ਆ ਜਾ ਮੇਰੇ ਸਾਹਮਣੇ। ਅਤੇ ਇਹਨੇ ਅਸਮਾਨ ਵੱਲ ਕਈ ਤੀਰ ਛੱਡੇ, ਕਈ ਹਥਿਆਰਾਂ ਦੀ ਮਾਰ ਮਾਰੀ, ਅਤੇ ਅਖੀਰ ਆਪ ਹੀ ਫੈਸਲਾ ਦੇ ਦਿੱਤਾ ਕਿ ਵੇਖਿਆ ਰੱਬ ਕੋਈ ਹੈ ਹੀ ਨਹੀਂ, ਜੇ ਹੁੰਦਾ ਤਾਂ ਮੇਰੇ ਸਾਹਮਣੇ ਆਉਂਦਾ ਨਾ, ਲੜਦਾ ਮੇਰੇ ਨਾਲ। ਅਤੇ ਕਹਿੰਦਾ ਮੈਂ ਹੀ ਰੱਬ ਹਾਂ, ਬੇਸ਼ੱਕ ਇਹ ਰੱਬ ਵਾਹਿਗੁਰੂ ਨੂੰ ਨਹੀਂ ਮਾਰ ਸਕਿਆ, ਪਰ ਉਹਦਾ ਹੁਕਮ ਜਦ ਚੱਲਿਆ ਤਾਂ ਮਿੱਟੀ 'ਚ ਮਿਲ ਗਿਆ, ਇਹ ਖਾਕ ਸਵਾਹ ਹੋ ਗਿਆ। ਕਹਿਣ ਦਾ ਭਾਵ ਕਿ ਕੁਝ ਲੋਕ ਮਾਲਕ ਵਾਹਿਗੁਰੂ ਨੂੰ ਵੀ ਨਹੀਂ ਛੱਡਦੇ,
ਸਾਹਿਬ ਕਹਿੰਦੇ ਨੇ ਜਿਸ ਅੱਗੇ ਸਭ ਨਿਮਨ ਜਿਹਦੇ ਸਾਹਮਣੇ ਸਾਰੇ ਨਿਭਦੇ ਨੇ, ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇਈ ਬੰਨ। ਸ਼ਬਦ ਬੜੇ ਪਿਆਰੇ ਨੇ, ਵਰਡਿੰਗ ਨਾ ਅੱਜ ਕੱਲ੍ਹ ਦੇ ਬੱਚੇ ਨਹੀਂ ਸਮਝਦੇ, ਪਰ ਤੁਹਾਡੇ ਵਿੱਚੋਂ ਜਿਹੜੇ 40-45 ਸਾਲ 50 ਸਾਲ ਦੀ ਉਮਰ ਦੇ ਨੇ ਜਾਂ 60 ਸਾਲ ਦੀ, ਉਹਨਾਂ ਨੂੰ ਪਤਾ ਹੈ ਕਿ ਆਮ ਤੌਰ 'ਤੇ ਪਹਿਲਾਂ 35-40 ਸਾਲ ਪਹਿਲਾਂ ਮੰਜੇ ਹੁੰਦੇ ਸੀ, ਮੰਜੀਆਂ ਚਾਰਪਾਈਆਂ, ਅਤੇ ਚਾਰਪਾਈ ਨੂੰ ਵਾਣ ਨਾਲ ਬਣਿਆ ਜਾਂਦਾ ਸੀ, ਪਰ ਅਖੀਰ ਵਿੱਚ ਨਾ ਉਹਦੇ ਕੁਝ ਜਗ੍ਹਾ ਖਾਲੀ ਰੱਖੀ ਜਾਂਦੀ ਸੀ ਅਤੇ ਉਹਦੇ ਵਿੱਚ ਰੱਸੀ ਪਾ ਕੇ ਉਹਨੂੰ ਦਾਮਣ ਕਿਹਾ ਜਾਂਦਾ ਸੀ। ਉਹਨੂੰ ਜਦ ਵੀ ਮੰਜੀ ਢਿੱਲੀ ਹੋ ਜਾਵੇ ਨਾ, ਉਹ ਜਿਹੜਾ ਵਾਣ ਹੈ ਉਹ ਥੋੜ੍ਹਾ ਢਿੱਲਾ ਹੋ ਜਾਵੇ ਸੌਂ ਸੌਂ ਕੇ, ਅਤੇ ਫਿਰ ਉਹਨੂੰ ਦਾਮਣ ਨੂੰ ਕੱਸ ਕੇ ਨਾ ਦੁਬਾਰਾ, ਅਤੇ ਕੱਸ ਕੇ ਉਹਨੂੰ ਬੰਨ ਦਿੱਤਾ ਜਾਂਦਾ ਸੀ ਅਤੇ ਮੰਜੇ ਦਾ ਵਾਣ ਫਿਰ ਉਸੇ ਤਰ੍ਹਾਂ ਹੋ ਜਾਂਦਾ ਸੀ, ਉਹਨੂੰ ਦਾਮਣ ਕਿਹਾ ਜਾਂਦਾ ਸੀ। ਅਤੇ ਸਾਹਿਬ ਕਹਿੰਦੇ ਜੇ ਕਿਤੇ ਤੂੰ ਹਰੀ ਵਾਹਿਗੁਰੂ ਨਾਲ ਜੁੜ ਜਾਵੇਂ ਅਤੇ ਉਹ ਦਾਮਣ ਤੈਨੂੰ ਮਿਲ ਜਾਵੇ ਅਤੇ ਤੇਰੇ ਜੀਵਨ ਨੂੰ ਹਮੇਸ਼ਾ ਖਿੱਚ ਕੇ ਅਤੇ ਠੀਕ ਰੱਖੇਗਾ। ਫਿਰ ਦਾਮਣ ਦਾ ਅਰਥ ਦਾਮਨ ਵੀ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲ ਹੈ ਗੁਰ ਚਾਲੀ। ਐ ਮਾਲਕ ਵਾਹਿਗੁਰੂ, ਅਸੀਂ ਤੇ ਮਾਇਆ ਰੂਪੀ ਬਿਖ ਜ਼ਹਿਰ ਦੇ ਕਰਕੇ ਅੰਨੇ ਹੋਏ ਪਏ ਹਾਂ। ਬੰਦਾ ਕਹਿ ਨਹੀਂ ਦਿੰਦਾ ਕਈਆਂ ਨੂੰ, ਐਸਾ ਨਹੀਂ ਕਿ ਜਿਹਦੀ ਅੱਖਾਂ ਨਹੀਂ ਹੈ ਉਹੀ ਅੰਨਾ ਹੈ, ਨਹੀਂ। ਕਈ ਵਾਰੀ ਹੰਕਾਰ ਦੇ ਵਿੱਚ, ਅਹੰਕਾਰ ਦੇ ਵਿੱਚ ਮਤੇ ਹੋਏ ਬੰਦੇ ਨੂੰ ਦੌਲਤ ਦਾ ਜਾਂ ਤਾਕਤ ਦਾ ਨਸ਼ਾ ਲੋਕ ਕਹਿ ਨਹੀਂ ਦਿੰਦੇ ਕਿ ਦੇਖੋ ਇਹ ਤਾਕਤ ਦੇ ਨਸ਼ੇ 'ਚ ਅੰਨਾ ਹੋ ਗਿਆ, ਇਹਨੂੰ ਆਪਣਾ ਪਰਾਇਆ ਵੀ ਨਜ਼ਰ ਨਹੀਂ ਆਉਂਦਾ। ਅਤੇ ਬਿਲਕੁਲ ਇਉਂ ਅਸੀਂ ਅੰਨੇ ਹੋਏ ਪਏ ਹਾਂ, ਸਾਨੂੰ ਆਪਣਾ ਪਰਾਇਆ ਵੀ ਨਜ਼ਰ ਨਹੀਂ ਆਉਂਦਾ, ਅਸੀਂ ਉਸ ਰਾਹ ਉੱਤੇ ਕਿਸ ਤਰ੍ਹਾਂ ਤੁਰ ਸਕਦੇ ਹਾਂ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲ ਹੈ ਗੁਰ ਚਾਲੀ। ਕਹਿੰਦੇ ਇੱਕੋ ਹੀ ਤਰੀਕਾ ਹੈ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ। ਪਾਲੀ ਦਾ ਅਰਥ ਪੱਲਾ, ਦਾਮਨ ਫੜਾ ਦੇਵੇ ਸਾਨੂੰ। ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਨੂੰ ਜਦ ਗਵਾਲੀਅਰ ਦੇ ਕਿਲ੍ਹੇ ਕੈਦ ਕੀਤਾ ਗਿਆ ਅਤੇ ਉਹ ਸਤਿਗੁਰੂ ਨੇ ਤਾਂ ਖੇਡ ਹੀ ਵਰਤਾਈ ਸੀ, ਗੁਰੂ ਨੂੰ ਕੌਣ ਕੈਦ ਕਰ ਸਕਦਾ ਹੈ, ਇੱਕ ਖੇਡ ਹੀ ਵਰਤਾਈ ਸੀ, ਕਿਉਂਕਿ 52 ਰਾਜਿਆਂ ਨੂੰ ਕੈਦ ਤੋਂ ਛਡਾਉਣਾ ਸੀ ਅਤੇ ਜਹਾਂਗੀਰ ਬਾਦਸ਼ਾਹ ਨੂੰ ਅਕਲ ਦੇਣੀ ਸੀ ਕਿ ਤੇਰੇ ਆਪਣੇ ਹੀ ਤੈਨੂੰ ਭੁਲੇਖੇ 'ਚ ਪਾਈ ਬੈਠੇ ਨੇ ਇਹ ਨਜੂਮੀ, ਇਹ ਤਾਂਤਰਿਕ, ਇਹ ਮੁਲਾਣੇ ਤੇਰੇ ਜਿਨ੍ਹਾਂ ਉੱਤੇ ਤੂੰ ਭਰੋਸਾ ਕਰਦਾ ਹੈ, ਇਹਨਾਂ ਨੇ ਕਿੰਨੇ ਬੰਦਿਆਂ ਨੂੰ ਤੇਰੇ ਹੱਥੋਂ ਕਤਲ ਕਰਵਾ ਦਿੱਤਾ ਹੈ, ਇਹ ਚੁਗਲਖੋਰ ਚਾਪਲੂਸ, ਇਹਨਾਂ ਨੇ ਤੇਰੀ ਜ਼ਿੰਦਗੀ ਨੂੰ ਜ਼ਹਿਰ ਬਣਾ ਦਿੱਤਾ, ਨਰਕ ਬਣਾ ਦਿੱਤਾ ਹੈ, ਤੂੰ ਇਤਨੇ ਪਾਪ ਕਮਾਏ ਨੇ ਕਿ ਕੀ ਜਾ ਕੇ ਖੁਦਾ ਦੇ ਦਰ 'ਤੇ ਮੂੰਹ ਵਿਖਾਵੇਂਗਾ। ਇਹ ਸਮਝਾਉਣਾ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਨੇ ਬਹੁਤ ਨੇੜੇ ਹੋ ਕੇ ਸਮਝਾਇਆ।
ਕਦੀ ਕਦੀ ਮੈਂ ਸੋਚਦਾ ਹੁੰਦਾ ਕਿ ਅੱਜ ਦੇ ਟਾਈਮ ਵਿੱਚ ਕੁਝ ਲੋਕ ਨਾ ਸਾਡੇ ਵਿੱਚੋਂ ਕਿਸੇ ਨੂੰ ਨਹੀਂ ਛੱਡਦੇ ਕਿਸੇ ਗੱਲ ਤੋਂ। ਮੈਂ ਸਮਝਦਾ ਜੇ ਉਦੋਂ ਇਹ ਹੁੰਦੇ ਨਾ ਤੇ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਦੋਸ਼ੀ ਠਹਿਰਾ ਦੇਣਾ ਸੀ। ਇਹਨਾਂ ਨੇ ਕਹਿਣਾ ਸੀ, ਦੱਸੋ ਜੀ ਜਹਾਂਗੀਰ ਬਾਦਸ਼ਾਹ ਨੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕੀਤਾ ਤੇ ਇਹ ਉਹਨਾਂ ਦਾ ਪੁੱਤਰ ਹੋ ਕੇ ਤੇ ਉਹਨਾਂ ਨਾਲ ਮਿੱਤਰਤਾ ਪਾਈ ਬੈਠਾ ਹੈ, ਉਹਨਾਂ ਦੇ ਨਾਲ ਨਾਲ ਤੁਰ ਰਿਹਾ ਹੈ। ਇਹਨਾਂ ਲੋਕਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਛੱਡਣਾ ਸੀ ਕਿ ਵੀ ਔਰੰਗਜ਼ੇਬ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਤੇ ਇਹ ਆ ਕੇ ਤਾਰਾ ਆਜ਼ਮ ਨੂੰ ਹਰਾ ਰਹੇ ਨੇ ਬਹਾਦਰ ਸ਼ਾਹ ਦੇ ਕਹਿਣ ਉੱਤੇ, ਔਰੰਗਜ਼ੇਬ ਦੇ ਪੁੱਤਰ ਦੇ ਕਹਿਣ ਉੱਤੇ। ਇਹਨਾਂ ਨੇ ਤਾਂ ਛੱਡਣਾ ਹੀ ਨਹੀਂ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਿ ਜੀ ਇਹ ਤਾਂ ਗੁਰੂ ਨਾਨਕ ਦੇਵ ਸਾਹਿਬ ਦੇਖੋ ਜੀ ਬਾਬਰ ਨਾਲ ਮਿਲ ਰਹੇ ਨੇ। ਨਹੀਂ, ਥੋੜ੍ਹੀ ਸੋਚ ਖੁੱਲ੍ਹੀ ਰੱਖਿਆ ਕਰੋ। ਅੱਜ ਦੇ ਟਾਈਮ ਵਿੱਚ ਨਾ ਕੋਈ ਧਾਰਮਿਕ ਬੰਦਾ ਵੀ ਅਚਾਨਕ ਕੋਈ ਰਾਜਨੀਤਿਕ ਬੰਦਾ ਆ ਗਿਆ ਹੈ, ਹੁਣ ਰਹਿ ਜਿਸ ਰਾਜ 'ਚ ਰਹੇ ਹੋ ਉਹਦੇ ਵਿੱਚ ਕਿਸੇ ਨਾ ਕਿਸੇ ਨਾਲ ਮੁਲਾਕਾਤ ਹੋ ਹੀ ਸਕਦੀ ਹੈ, ਕੋਈ ਗੁਰਦੁਆਰੇ ਹੀ ਆ ਸਕਦਾ ਹੈ। ਅਤੇ ਇੱਥੇ ਤਾਂ ਸਿਧਾਂਤ ਹੈ, ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਅਤੇ ਜੇ ਕਿਸੇ ਰਾਜਨੀਤਿਕ ਬੰਦੇ ਨਾਲ ਮੁਲਾਕਾਤ ਹੋ ਜਾਵੇ ਜਾਂ ਫੋਟੋ ਨਜ਼ਰ ਆ ਜਾਵੇ ਨਾ, ਤਾਂ ਵਿੱਚੋਂ ਹੀ ਕਈ ਮੂਰਖਤਾ ਇਤਨੀ ਜ਼ਿਆਦਾ ਹੈ ਕਿ ਬਸ ਸੋਸ਼ਲ ਮੀਡੀਆ 'ਤੇ ਹੋਰ ਜਗ੍ਹਾ ਕੁਝ ਵੀ ਬੋਲਣਾ ਸ਼ੁਰੂ ਕਰ ਦੇਣਗੇ। ਵੇਖੋ ਜੀ ਇਹ ਸਰਕਾਰਾਂ ਕੋਲ ਵਿਕ ਗਏ, ਵੇਖੋ ਜੀ ਇਹਨਾਂ ਨੇ ਤਾਂ ਇਹ ਕਰ ਦਿੱਤਾ ਉਹ ਕਰ ਦਿੱਤਾ। ਅਰੇ ਬਈ ਤੁਸੀਂ ਇਤਿਹਾਸ ਪੜ੍ਹਦੇ ਹੀ ਨਹੀਂ ਹੋ, ਤੁਹਾਨੂੰ ਪਤਾ ਹੀ ਨਹੀਂ ਹੈ ਸਾਡਾ ਗੁਰੂ ਕੀ ਹੈ, ਉਹਦੇ ਸਿਧਾਂਤ ਕੀ ਨੇ। ਜੇ ਐਸੀ ਗੱਲ ਹੁੰਦੀ ਤਾਂ ਜਿਸ ਸ਼ਾਹਜਹਾਨ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਚਾਰ ਜੰਗਾਂ ਲੜੀਆਂ ਤੇ ਉਹੀ ਸ਼ਾਹਜਹਾਨ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਗੁਰੂ ਹਰਰਾਜ ਸਾਹਿਬ ਜੀ ਨੂੰ ਰੋ ਕੇ ਰੋਂਦਿਆਂ ਇੱਕ ਚਿੱਠੀ ਲਿਖਦਾ ਹੈ, ਪੱਤਰਿਕਾ ਲਿਖਦਾ ਹੈ ਕਿ ਗੁਰੂ ਹਰਰਾਜ ਸਾਹਿਬ ਮੈਨੂੰ ਪਤਾ ਹੈ ਕਿ ਮੇਰੇ ਖਾਨਦਾਨ ਨੇ ਅਤੇ ਮੈਂ ਤੁਹਾਡੇ ਉੱਤੇ ਬੜੇ ਜ਼ੁਲਮ ਕੀਤੇ ਨੇ, ਮੈਂ ਜੰਗਾਂ ਤੱਕ ਲੜੀਆਂ ਨੇ ਤੁਹਾਡੇ ਨਾਲ, ਪਰ ਮੈਂ ਹੁਣ ਬਾਦਸ਼ਾਹ ਬਣ ਕੇ ਚਿੱਠੀ ਨਹੀਂ ਲਿਖ ਰਿਹਾ, ਮੈਂ ਇੱਕ ਪਿਤਾ ਹਾਂ ਅਤੇ ਮੇਰਾ ਪੁੱਤਰ ਜੋ ਹੈ ਦਾਰਾ ਉਹਦੇ ਨਾਲ ਧੋਖਾ ਹੋ ਗਿਆ, ਆਪਣੇ ਨੇ ਹੀ ਧੋਖਾ ਕੀਤਾ, ਔਰੰਗਜ਼ੇਬ ਨੇ ਉਹਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਹੈ ਅੰਦਰ, ਅਤੇ ਉਹ ਅੰਦਰ ਜਾਣ ਕਰਕੇ ਉਹ ਮੌਤ ਦੇ ਕਿਨਾਰੇ ਬੈਠਾ ਹੈ ਅਤੇ ਵੈਦ ਹਕੀਮ ਸਭ ਫੇਲ ਹੋ ਗਏ ਨੇ। ਅਤੇ ਗੱਲ ਇਹ ਆਈ ਹੈ ਕਿ ਕੁਝ ਚੀਜ਼ਾਂ ਜੋ ਤੁਹਾਡੇ ਹੀ ਦਵਾਖਾਨੇ 'ਚ ਮਿਲਦੀਆਂ ਨੇ, ਉਹ ਹਰੜ ਅਤੇ ਹੋਰ ਜੋ ਜੋ ਚੀਜ਼ਾਂ, ਅਤੇ ਤੁਸੀਂ ਕਿਰਪਾ ਕਰਕੇ ਉਹ ਮੇਰੇ ਪੁੱਤਰ ਲਈ ਭਿਜਵਾ ਦਿਓ, ਮੇਰੇ ਦੂਤ ਹੱਥ। ਤੁਸੀਂ ਹੈਰਾਨ ਹੋ ਗਏ, ਗੁਰੂ ਹਰਰਾਜ ਸਾਹਿਬ ਜੀ ਨੇ ਉਹ ਵਸਤੂਆਂ ਉਸੇ ਵੇਲੇ ਭਿਜਵਾ ਦਿੱਤੀਆਂ।
ਹੁਣ ਉਹ ਭਿਜਵਾਉਣ ਕਰਕੇ ਦਾਰਾ ਜੋ ਸੀ ਨਾ, ਉਹ ਦਾਰਾ ਗੁਰੂ ਦਰਬਾਰ ਦਾ ਇੱਕ ਤਰੀਕੇ ਨਾਲ ਗੁਲਾਮ ਹੋ ਗਿਆ ਸੀ। ਗੁਰੂ ਕੀ ਕਰਦਾ ਹੈ? ਗੁਰੂ ਮਿੱਤਰਤਾ ਪਾ ਕੇ ਸ਼ਤੁਰਤਾ ਕੱਢਦਾ ਹੈ ਅੰਦਰ। ਗੁਰੂ ਵੇਖਦਾ ਹੈ ਕਿ ਪਾਪੀ ਬੁਰਾ ਨਹੀਂ ਹੈ, ਪਾਪ ਬੁਰਾ ਹੈ। ਪਾਪ ਕਰਦਾ ਹੈ ਕੋਈ ਤਾਂ ਹੀ ਤਾਂ ਪਾਪੀ ਬਣਦਾ ਹੈ ਨਾ। ਪਾਪ ਨੂੰ ਮਾਰੋ, ਪਾਪੀ ਨੂੰ ਮਾਰਨ ਨਾਲ ਕੀ ਹੋਵੇਗਾ? ਅਸਲ ਵਿੱਚ ਸਾਡੇ ਵਿੱਚ ਬੜੇ ਨਾ ਸਮਝ ਲੋਕ ਨੇ, ਸਮਝਦਾਰੀ ਨਹੀਂ ਵਰਤਦੇ ਕਿ ਪੰਥ ਦਾ ਭਲਾ ਕਿਸ ਤਰ੍ਹਾਂ ਹੋਵੇਗਾ। ਇੰਨਾ ਚੰਗਾ ਸਿੱਖ ਪੰਥ ਦੁਨੀਆ ਸੋਹਲੇ ਗਾਉਂਦੀ ਹੈ, ਤਾਰੀਫਾਂ ਕਰਦੀ ਹੈ। ਆਸਟ੍ਰੇਲੀਆ ਦੀ ਸਰਕਾਰਾਂ, ਅਮੈਰੀਕਾ ਦੀ ਸਰਕਾਰਾਂ, ਵਿਦੇਸ਼ਾਂ ਦੀ ਸਰਕਾਰਾਂ ਸਿਜਦਾ ਕਰਦੀਆਂ ਨੇ ਕਿ ਇਹੋ ਜਿਹਾ ਧਰਮ ਹੋਰ ਕੋਈ ਨਹੀਂ ਹੋ ਸਕਦਾ। ਪਰ ਸਾਡੇ ਵਿੱਚੋਂ ਹੀ ਦੋ ਚਾਰ ਐਸੇ ਨਿਕਲ ਆਉਂਦੇ ਨੇ ਜੋ ਐਸੇ ਬੋਲ ਕਬੋਲ ਗੰਦ ਮੰਦ ਬੋਲ ਦਿੰਦੇ ਨੇ ਕਿ ਸਿੱਖਾਂ ਦੀ ਛਵੀ ਨੂੰ ਖਰਾਬ ਕਰਕੇ ਰੱਖ ਦਿੰਦੇ ਨੇ। ਫਿਰ ਕਹਿੰਦੇ ਨੇ ਅਸੀਂ ਜੀ ਪੰਥ ਦਾ ਭਲਾ ਕਰਨ ਵਾਲੇ ਹਾਂ। ਤੁਸੀਂ ਕਾਹਦਾ ਭਲਾ ਕਰ ਰਹੇ ਹੋ? ਤੁਸੀਂ ਇਹ ਭਲਾ ਕਰ ਰਹੇ ਹੋ, ਤੁਸੀਂ ਸੋਚ ਰਹੇ ਹੋ ਕਿ ਸਿੱਖ ਦੇਸ਼ ਦੇ ਕਈ ਸ਼ਹਿਰਾਂ ਵਿੱਚ ਐਸੇ ਐਸੇ ਸ਼ਹਿਰ ਨੇ ਜਿੱਥੇ ਸਿਰਫ ਦੋ ਘਰ ਨੇ ਸਿੱਖਾਂ ਦੇ, ਕਿਤੇ ਪੰਜ ਘਰ ਨੇ। ਅਤੇ ਤੁਸੀਂ ਬੋਲਣ ਲੱਗਿਆਂ ਕਦੀ ਸੋਚਿਆ ਕਿ ਤੁਸੀਂ ਤਾਂ ਕਿਤੇ ਵੀ ਬੈਠ ਕੇ ਕੁਛ ਬੋਲ ਦਿਓਗੇ, ਪਰ ਬੁਰਾ ਜੇ ਹੋਵੇਗਾ ਕਿ ਉਹ ਚਾਰ ਘਰ 4,000 ਘਰਾਂ ਨਾਲ ਲੜ ਲੈਣਗੇ? ਉਹਨਾਂ ਦੀ ਵੀ ਬਹੂ ਬੇਟੀਆਂ ਨੇ, ਉਹਨਾਂ ਦਾ ਵੀ ਘਰ ਪਰਿਵਾਰ ਹੈ। ਅੱਜ ਲੜਾਈਆਂ ਉਹ ਨਹੀਂ ਰਹਿ ਗਈਆਂ। ਅੱਜ ਤਾਂ ਦੁਨੀਆ ਪਰਮਾਣੂ ਬੰਬ ਤੱਕ ਪੁੱਜ ਗਈ ਹੈ। ਇਸ ਕਰਕੇ ਸਿੱਖ ਕੀ ਕਰਦਾ ਹੈ? ਸਿੱਖ ਸਰਬੱਤ ਦਾ ਭਲਾ ਮੰਗਦਾ ਹੈ। ਕਿਉਂ ਸਰਬੱਤ ਦਾ ਭਲਾ ਮੰਗਦਾ ਹੈ? ਕਿਉਂਕਿ ਉਹ ਵੱਡੇ ਨਾਲ ਜੁੜਿਆ ਹੋਇਆ ਹੈ। ਅਤੇ ਵੱਡਾ ਕੌਣ ਹੈ? ਹਰ ਜੇਠ ਜੁੜਨ ਦਾ ਲੋੜ ਹੀ ਹੈ, ਜਿਸ ਅੱਗੇ ਸਭ ਨਿਵਨ। ਅਤੇ ਖਾਲਸੇ ਦਾ ਰਾਜ ਦਿਲਾਂ ਉੱਤੇ ਹੁੰਦਾ ਹੈ। ਮੈਂ ਤਾਂ ਹੈਰਾਨ ਹੁੰਦਾ ਵਾਂ ਕਈ ਵਾਰੀ ਇਤਿਹਾਸ ਪੜ੍ਹ ਕੇ ਕਿ ਜਦ ਦੋ ਵਾਰੀ ਸਿੱਖ ਰਾਜ ਕਾਇਮ ਹੋਇਆ ਤਾਂ ਦੁਨੀਆ ਅਸ਼ ਅਸ਼ ਕਰ ਉੱਠੀ। ਬਾਬਾ ਬੰਦਾ ਸਿੰਘ ਬਹਾਦਰ ਦਾ ਵੇਲਾ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਵੇਲਾ, ਦੁਨੀਆ ਹੈਰਾਨ ਹੁੰਦੀ ਸੀ। ਅੱਜ ਦੇਸ਼ ਦੇ ਹਾਕਮਾਂ ਨੂੰ, ਪ੍ਰਧਾਨ ਮੰਤਰੀ ਤੱਕ ਨੂੰ ਕਹਿਣਾ ਪਿਆ ਨਾ ਕਿ ਮਹਾਰਾਜਾ ਰਣਜੀਤ ਸਿੰਘ ਉਹ ਮਹਾਰਾਜਾ ਸੀ ਕਿ ਜਿਹਨੇ ਜੇ ਦਰਬਾਰ ਸਾਹਿਬ ਇਤਨਾ ਸੋਨਾ ਲਵਾਇਆ ਨਾ, ਅਤੇ ਕਾਸ਼ੀ ਵਿਸ਼ਵਨਾਥ ਉੱਥੇ ਮੰਦਰ ਲਈ 40 ਮਣ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਭੇਜਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮੰਦਰ, ਮਸਜਿਦ, ਕੋਈ ਚਰਚ ਹੋਵੇ,
ਕੋਈ ਕਿਸੇ ਧਰਮ ਦਾ, ਜੈਨੀ, ਬੋਧੀ, ਸਭ ਦਾ ਬਰਾਬਰ ਸਤਿਕਾਰ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੇ ਵਿੱਚ ਤੇ ਸਿੰਘਾਂ ਵਰਗੀ ਜੁਰਅਤ ਵੀ ਕਿਸੇ ਕੋਲ ਨਹੀਂ ਸੀ। ਜਿਸ ਅਫਗਾਨਿਸਤਾਨ ਦੇ ਉੱਤੇ ਅਮੈਰੀਕਾ, ਰੂਸ, ਇਹ ਵੱਡੇ ਵੱਡੇ ਦੇਸ਼ ਇਹ ਨਹੀਂ ਰਾਜ ਕਰ ਸਕੇ, ਇਹਨਾਂ ਨੂੰ ਨਿਕਲਣਾ ਪਿਆ, ਦੌੜਨਾ ਪਿਆ। ਉੱਥੇ ਜਾ ਕੇ ਖਾਲਸੇ ਨੇ ਰਾਜ ਕੀਤਾ ਅਤੇ ਲੰਬਾ ਸਮਾਂ ਮੁਲਤਾਨ, ਕਾਬਲ, ਕੰਧਾਰ ਖਾਲਸਾ ਰਾਜ ਰਿਹਾ। ਅਤੇ ਕੀ ਖਾਲਸਾ ਰਾਜ ਕਰ ਨਹੀਂ ਸਕਦਾ? ਬਿਲਕੁਲ ਕਰ ਸਕਦਾ ਸੀ, ਪਰ ਸਾਡੇ ਜਿਹੜੇ ਵੱਡੇ ਆਗੂ ਸਨ ਨਾ, ਉਹਨਾਂ ਵਿੱਚੋਂ ਹੀ ਕੁਝ ਵਿਕਣ ਵਾਲੇ ਲੋਕ ਹੁੰਦੇ ਸਨ। ਪਰ ਸਾਡੇ ਗੁਰੂ ਦੀ ਗੱਲ ਜੇ ਕਰੀਏ ਤਾਂ ਹੈਰਾਨ ਕਰ ਦੇਣ ਵਾਲੀ ਗੱਲਾਂ ਨੇ। ਰਾਜ ਜਿੱਤ ਕੇ ਅਤੇ ਫਿਰ ਵਾਪਸ ਮੋੜ ਦੇਣਾ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ ਇਹ ਦਿੱਲੀ ਦੇ ਤਖ਼ਤ ਨੂੰ ਜਿੱਤ ਨਹੀਂ ਸੀ ਲਿਆ। ਜਦਰ ਬਹਾਦਰ ਸ਼ਾਹ ਪੁਕਾਰ ਕਰਦਾ ਹੋਇਆ ਗਿਆ ਕਿ ਤਖ਼ਤ ਤੇ ਮੇਰਾ ਸੀ ਅਤੇ ਮੇਰੇ ਸਕੇ ਭਰਾ ਨੇ ਧੋਖੇ ਨਾਲ ਤਾਰਾ ਆਜ਼ਮ ਨੇ ਕਬਜ਼ਾ ਕਰ ਲਿਆ ਅਤੇ ਤੁਸੀਂ ਮੈਂ ਰਾਜ ਦਿਵਾਓ ਮੈਨੂੰ ਚੱਲ ਕੇ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਖਾਲਸਾ ਫੌਜ ਸਿੰਘਾਂ ਦੀ ਫੌਜ ਲੈ ਕੇ ਅਤੇ ਆਪ ਅਗਵਾਈ ਕਰਕੇ ਦਿੱਲੀ ਪੁੱਜੇ, ਦਮਦਮਾ ਸਾਹਿਬ ਟਿਕੇ ਅਤੇ ਜੰਗ ਕੀਤੀ ਤਾਰਾ ਆਜ਼ਮ ਦੀ ਫੌਜ ਨਾਲ ਅਤੇ ਫਤਿਹ ਪ੍ਰਾਪਤ ਕੀਤੀ, ਦਿੱਲੀ ਨੂੰ ਜਿੱਤ ਲਿਆ। ਜੋ ਬਹਾਦਰ ਸ਼ਾਹ ਤਾਰਾ ਆਜ਼ਮ ਦੇ ਸਾਹਮਣੇ ਕੁਝ ਨਹੀਂ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਕੀ ਟਿਕਦਾ, ਜੋ ਖੁਦ ਸ਼ਰਨ ਮੰਗਣ ਗਿਆ ਸੀ ਅਤੇ ਰਾਜ ਜਿੱਤ ਕੇ ਕੋਈ ਦਿੰਦਾ ਹੁੰਦਾ? ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਚਾਹੁੰਦੇ ਅਤੇ ਦਿੱਲੀ ਦੇ ਤਖ਼ਤ 'ਤੇ ਰਾਜ ਆਪ ਕਰਦੇ। ਪਰ ਜਿਹੜਾ ਵੱਡੇ ਨਾਲ ਜੁੜਿਆ ਹੁੰਦਾ ਹੈ ਨਾ, ਉਹਦੇ ਸਾਹਮਣੇ ਇਹ ਦੁਨਿਆਵੀ ਚੀਜ਼ਾਂ ਤੁੱਛ ਹੁੰਦੀਆਂ ਨੇ। ਜੋ ਮਾਲਕ ਵਾਹਿਗੁਰੂ ਜੀ ਦੇ ਦਿਲ 'ਤੇ ਰਾਜ ਕਰ ਰਿਹਾ ਹੋਵੇ, ਜਿਹਨੇ ਪਰਮਾਤਮਾ ਵਾਹਿਗੁਰੂ ਨਾਲ ਰਹਿਣਾ ਹੋਵੇ, ਉਹਦੇ ਲਈ ਚੀਜ਼ਾਂ ਤਾਂ ਬਹੁਤ ਛੋਟੀਆਂ ਨੇ। ਕਿਉਂਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਾਪਸ ਕਰ ਦਿੱਤਾ। ਸਿੰਘਾਂ ਨੇ ਦਿੱਲੀ ਨੂੰ ਕਈ ਵਾਰੀ ਫਤਿਹ ਕੀਤਾ। ਸਰਦਾਰ ਬਘੈਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਇਹ ਜਰਨੈਲ 30,000 ਫੌਜ ਲੈ ਕੇ ਆਏ, ਜਿੱਤ ਲਿਆ ਦਿੱਲੀ ਨੂੰ, ਲਾਲ ਕਿਲ੍ਹਾ ਫਤਿਹ ਕਰ ਲਿਆ, ਕੇਸਰੀ ਨਿਸ਼ਾਨ ਲਹਿਰਾ ਦਿੱਤਾ ਲਾਲ ਕਿਲ੍ਹੇ ਉੱਤੇ। ਪਰ ਫਿਰ ਮੋੜ ਦਿੱਤਾ ਨਾ ਰਾਜ, ਕੌਣ ਮੋੜਦਾ ਹੈ? ਗੱਦੀ ਤੋਂ ਕੌਣ ਹਟਣਾ ਚਾਹੁੰਦਾ ਹੈ? ਪਰ ਇਹ ਖਾਲਸੇ ਦੀ ਨਿਸ਼ਾਨੀ ਹੈ, ਖਾਲਸਾ ਦਿਲਾਂ ਉੱਤੇ ਰਾਜ ਕਰਦਾ ਹੈ ਅਤੇ ਫਿਰ ਪਰਮਾਤਮਾ ਵਾਹਿਗੁਰੂ ਰਾਜ ਦਿੰਦਾ ਵੀ ਹੈ। ਉਹਦੀ ਮਰਜ਼ੀ ਹੈ ਰਾਜ ਕਿਸ ਤਰ੍ਹਾਂ ਕਰਾਉਂਦਾ ਹੈ। ਅੱਜ ਕੈਨੇਡਾ ਦੇ ਵਿੱਚ ਕਿੰਨੇ ਸਿੱਖ ਪਾਰਲੀਆਮੈਂਟ ਵਿੱਚ ਨੇ,
ਕਿੰਨੇ ਮਿਨਿਸਟਰ ਨੇ, ਅਮੈਰੀਕਾ ਦੇ ਵਿੱਚ ਕਿੰਨੇ MLA ਮੇਅਰ। ਐਸਾ ਨਹੀਂ ਕਿ ਖਾਲਸੇ ਨੂੰ ਜਿੱਤ ਨਹੀਂ ਮਿਲਦੀ, ਖਾਲਸਾ ਹਮੇਸ਼ਾ ਜਿੱਤਦਾ ਹੈ, ਪਰ ਖਾਲਸੇ ਨਾਲ ਖੜ੍ਹੇ ਹੋਣ ਲਈ ਖਾਲਸਾ ਹੀ ਹੋਣਾ ਪੈਣਾ ਹੈ। ਭੇਖ ਹੀ ਸਿੱਖ ਨਹੀਂ, ਬਾਹਰੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ। ਆਪਣੇ ਬੰਦਿਆਂ ਦੇ ਪੈਰ ਖਿੱਚਣੇ, ਆਪਣਿਆਂ ਨੂੰ ਹੀ ਖਿੱਚ ਕੇ ਪਿੱਛੇ ਸੁੱਟਣਾ, ਨਿੰਦਾ ਕਰਦਿਆਂ ਦੇਰ ਨਾ ਲਾਉਣੀ। ਮੈਂ ਤਾਂ ਹੈਰਾਨ ਹੁੰਦਾ ਵਾਂ ਕਿ ਖਾਲਸੇ ਨਾਲ ਗੁਰੂ ਖੜ੍ਹਾ ਹੁੰਦਾ, ਵਾਹਿਗੁਰੂ ਖੜ੍ਹਾ ਹੁੰਦਾ ਜੇ ਸੱਚਾਈ ਹੋਵੇ। ਇੱਧਰ ਬੰਗਾਲ ਸਾਈਡ ਤੁਸੀਂ ਸੋਸ਼ਲ ਮੀਡੀਆ 'ਤੇ ਜਾਂ ਨਿਊਜ਼ ਚੈਨਲ ਵਿੱਚ ਕਈ ਵਾਰੀ ਦੇਖਿਆ ਹੋਵੇਗਾ, ਇੱਕ ਬਜ਼ੁਰਗ, ਬਹੁਤ ਬਜ਼ੁਰਗ ਸਿੱਖ ਹੈ, ਉੱਥੇ ਸਿੱਖਾਂ ਦੀ ਕੋਈ ਤਾਦਾਦ ਵੀ ਨਹੀਂ ਹੈ, ਪਰ ਉਹ ਕੋਈ 10-12 ਵਾਰੀ MLA ਬਣ ਚੁੱਕੇ ਨੇ। ਹਮੇਸ਼ਾ ਹੀ ਉੱਥੇ ਹਰ ਵਾਰੀ ਉੱਥੇ ਦੇ ਲੋਕਲ ਬੰਦੇ ਉਸੇ ਸਿੱਖ ਨੂੰ ਜਿਤਾਉਂਦੇ ਨੇ, ਅਤੇ ਸਾਡੇ ਸਿੱਖ ਪਤਾ ਕੀ ਕਰਨਗੇ? ਪਹਿਲੀ ਗੱਲ ਤਾਂ ਕਿਸੇ ਸਿੱਖ ਨੂੰ ਟਿਕਟ ਹੀ ਨਾ ਮਿਲੇ, ਪੈਰ ਖਿੱਚਣਗੇ, ਅਤੇ ਜੇ ਕਿਸੇ ਨੂੰ ਮਿਲ ਵੀ ਗਈ ਫਿਰ ਉੱਥੇ ਨਹੀਂ ਲੰਗਰ ਲਾਉਣੇ, ਉੱਥੇ ਨਹੀਂ ਕੁਝ ਐਸਾ ਕਰਨਾ ਕਿ ਯਾਰ ਇੱਕ ਦਸਤਾਰ ਜੋ ਹੈ ਕਿਤੇ ਪਾਰਲੀਆਮੈਂਟ ਪੁੱਜ ਜਾਵੇ। ਜੇ ਉੱਥੇ ਬੈਠੇ ਹੋਣਗੇ ਤਾਂ ਹੀ ਤਾਂ ਗੱਲ ਕਰਨਗੇ ਨਾ ਸਿੱਖਾਂ ਦੀ, ਕੁਝ ਤਾਂ ਹੋਵੇਗਾ। ਪੂਰੀ ਦੁਨੀਆ ਵਿੱਚ ਲਗਾਤਾਰ ਇਹ ਕਰਨਾ ਉਹ ਕਰਨਾ, ਇੰਨਾ ਕੁ ਸਰਮਾਇਆ ਹੈ ਸਿੱਖਾਂ ਕੋਲ। ਇੱਕ ਸਿੱਖ ਕੌਮ ਹੀ ਐਸੀ ਹੈ ਜੋ ਸਭ ਤੋਂ ਵੱਧ ਇਨਕਮ ਟੈਕਸ ਦਿੰਦੀ ਹੈ, ਅਤੇ ਗਰੀਬਾਂ ਨੂੰ ਪਾਲਦੀ ਹੈ। ਅਤੇ ਜੇ ਸਿੱਖ ਚਾਹੁਣ ਤਾਂ ਕੀ ਨਹੀਂ ਹੋ ਸਕਦਾ? ਜੇ ਇੰਨੇ ਤੁਸੀਂ ਲੰਗਰ ਲਾਉਂਦੇ ਹੋ, ਇੰਨੇ ਕੰਬਲ ਵੰਡਦੇ ਹੋ, ਇੰਨੇ ਲੋਕਾਂ ਦਾ ਨੰਗੇਜ ਕੱਜਦੇ ਹੋ, ਇੰਨਾ ਕੁਛ, ਫਿਰ ਕੀ ਕਰਦੇ ਹੋ ਤੁਸੀਂ? ਕਿਸੇ ਦੂਜੇ ਧਰਮ ਦੇ MLA MP ਨੂੰ ਕਿੰਨਾ ਕਿੰਨਾ ਫੰਡ ਇਲੈਕਸ਼ਨ ਲਈ ਦੇ ਕੇ ਅਤੇ ਜਿਤਵਾਉਂਦੇ ਹੋ, ਅਤੇ ਫਿਰ ਲਾਈਨਾਂ 'ਚ ਆਪ ਕੰਮ ਲਈ ਉਹਨਾਂ ਦੇ ਘਰ ਤਰਲੇ ਲੈਣ ਲਈ ਬੈਠੇ ਹੁੰਦੇ ਹੋ। ਕਿਉਂ ਨਹੀਂ ਐਸਾ ਹੋ ਸਕਦਾ ਕਿ ਕੋਈ ਸਿੱਖ ਭਰਾ ਸਾਰੇ ਇਕੱਠੇ ਹੋ ਕੇ ਉਹਨੂੰ ਟਿਕਟ ਦਿਵਾਓ, ਜਿੰਨਾ ਮਰਜ਼ੀ ਖਰਚਾ ਆਵੇ? ਕੋਈ ਤਾਂ ਗੱਲ ਕਰਨ ਵਾਲਾ ਹੋਵੇਗਾ। ਅੱਜ ਕੈਨੇਡਾ ਦੇ ਵਿੱਚ ਜੇ ਸਿੰਘਾਂ ਦੀ ਚੜ੍ਹਦੀ ਕਲਾ ਹੈ ਰਾਜਨੀਤੀ 'ਚ, ਡਿਫੈਂਸ ਮਿਨਿਸਟਰ ਕਿਸੇ ਦੇਸ਼ ਦਾ ਉਹ ਸਿੱਖ ਬਣੇ, ਕਿੰਨੇ ਮਾਣ ਵਾਲੀ ਗੱਲ ਹੈ। ਧਰਮ ਅਤੇ ਰਾਜਨੀਤੀ, ਇੱਕ ਗੱਲ ਯਾਦ ਰੱਖਿਓ, ਗੁਰੂ ਨੇ ਅਤੇ ਸਿੱਖੀ ਨੇ ਹਮੇਸ਼ਾ ਧਰਮ ਨੂੰ ਉੱਪਰ ਰੱਖਿਆ ਹੈ, ਰਾਜਨੀਤੀ ਬਾਅਦ 'ਚ ਆਉਂਦੀ ਹੈ। ਕਈ ਵਾਰੀ ਇਹਨਾਂ ਲਾਈਨਾਂ ਦੇ ਅਰਥ ਵੀ ਨਾ ਸਾਡੇ ਸਿੱਖਾਂ ਵਿੱਚੋਂ ਹੀ ਲੋਕ ਨਾ ਅਲੱਗ ਕੱਢਦੇ ਨੇ, ਪੁੱਠੇ ਕੱਢਦੇ ਨੇ। ਸਾਹਮਣੇ ਵਿਦਵਾਨ ਵੀਰ ਵੀ ਬੈਠੇ ਨੇ ਕਥਾ ਆਪ ਕਰਨ ਵਾਲੇ,
ਗੁਰਬਾਣੀ ਦੇ ਵਿੱਚ ਅਤੇ ਕੁਝ ਸਾਹਿਤ ਦੀ ਲਾਈਨਾਂ ਵਿੱਚ ਜੇ ਵਿਸ਼ਰਾਮ ਠੀਕ ਨਾ ਲੱਗਿਆ ਹੋਵੇ ਨਾ ਤਾਂ ਅਰਥ ਦੇ ਅਨਰਥ ਹੋ ਜਾਂਦੇ ਨੇ, ਅਰਥ ਦੇ ਅਨਰਥ ਹੋ ਜਾਂਦੇ ਨੇ। ਦੀਨ ਦਿਆਲ ਦਇਆ ਨਿਧ, ਇੱਥੇ ਰੁਕਣਾ ਹੈ। ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ, ਇਹ ਲਾਈਨ ਦਸ਼ਮੇਸ਼ ਪਿਤਾ ਦੀ ਬਾਣੀ। ਦੀਨ ਦਿਆਲ ਦਇਆ ਨਿਧ ਦੁੱਖਨ, ਇਸ ਤਰ੍ਹਾਂ ਪੜ੍ਹ ਜਾਂਦੇ ਨੇ ਕਈ ਵਾਰੀ ਰਾਗੀ ਸਿੰਘ ਵੀ। ਜਿਸ ਵਾਹਿਗੁਰੂ ਨੂੰ, ਜੋ ਵੱਡੇ ਦੀ ਗੱਲ ਆਪਾਂ ਕਰ ਰਹੇ ਹਾਂ, ਅਤੇ ਕੀ ਕਹਿ ਰਹੇ ਨੇ, ਦੀਨ ਦਿਆਲ, ਦੀਨਾਂ ਉੱਤੇ ਦਇਆ ਕਰਨ ਵਾਲਾ ਪਰਮਾਤਮਾ ਵਾਹਿਗੁਰੂ, ਦਇਆ ਨਿਧ, ਦਇਆ ਦਾ ਖਜ਼ਾਨਾ। ਪਰ ਜੇ ਦਇਆ ਨਿਧ ਨਾਲ ਦੁੱਖਨ ਜੋੜ ਦਿਓਗੇ ਤਾਂ ਫਿਰ ਤਾਂ ਤੁਸੀਂ ਪਾਪੀ ਕਹਿ ਦਿਓਗੇ, ਪਾਪ ਕਮਾਉਣ ਵਾਲਾ ਨਹੀਂ। ਦੀਨ ਦਿਆਲ ਦਇਆ ਨਿਧ, ਇੱਥੇ ਰੁਕਣਾ ਹੈ। ਦੁੱਖਨ ਦੇਖਤ ਹੈ ਪਰ ਦੇਤ ਨਾ ਹਾਰੇ, ਦੁੱਖਨ ਸਾਡੇ ਪਾਪਾਂ ਨੂੰ ਵੇਖਦਾ ਹੈ, ਅਸੀਂ ਪਾਪੀ ਹਾਂ, ਪਰ ਫਿਰ ਵੀ ਸਾਨੂੰ ਭੁੱਖਿਆਂ ਨਹੀਂ ਮਾਰਦਾ, ਉਹ ਫਿਰ ਵੀ ਸਾਨੂੰ ਰੋਟੀ ਦੇ ਹੀ ਜਾਂਦਾ, ਇੰਨਾ ਵੱਡਾ ਦਿਲ ਹੈ ਉਹਦਾ। ਅਤੇ ਬਿਲਕੁਲ ਇਉਂ ਇਸ ਲਾਈਨ ਦੇ ਵੀ ਅਰਥ ਕਈ ਬੰਦੇ ਗਲਤ ਕਰਦੇ ਨੇ, ਬਿਨਾਂ ਰਾਜ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਅਤੇ ਉਹ ਅਰਥ ਪਤਾ ਕੀ ਕਰਦੇ ਨੇ ਕਿ ਰਾਜ ਤੋਂ ਬਿਨਾਂ ਕੋਈ ਧਰਮ ਕਾਇਮ ਨਹੀਂ ਰਹਿ ਸਕਦਾ। ਨਹੀਂ, ਦੂਜੀ ਲਾਈਨ ਤੁਹਾਨੂੰ ਸਮਝਾ ਦਿੰਦੀ ਹੈ ਕਿ ਕੀ ਕਹਿ ਰਹੀ ਹੈ। ਤੁਸੀਂ ਰੁਕਣਾ ਰਾਜ 'ਤੇ, ਰਾਜ ਬਿਨਾਂ ਧਰਮ ਨਾ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਕੋਈ ਵੀ ਰਾਜ ਧਰਮ ਤੋਂ ਬਿਨਾਂ ਨਹੀਂ ਚੱਲ ਸਕਦਾ। ਜਿੱਥੇ ਦਾ ਰਾਜਾ ਧਰਮੀ ਨਹੀਂ ਹੋਵੇਗਾ, ਅਧਰਮੀ ਹੋਵੇਗਾ, ਉਹ ਅੱਜ ਨਹੀਂ ਤਾਂ ਕੱਲ੍ਹ ਬਰਬਾਦ ਹੋਵੇਗਾ, ਅੱਜ ਨਹੀਂ ਤਾਂ ਕੱਲ੍ਹ ਮਾਰਿਆ ਜਾਵੇਗਾ। ਉਹਨੂੰ ਪ੍ਰਜਾ ਮਾਰ ਦੇਵੇ, ਉਹਨੂੰ ਰੱਬ ਵਾਹਿਗੁਰੂ ਮਾਰ ਦੇਵੇ, ਉਹਨੂੰ ਕੁਝ ਹੋਰ ਕਾਰਨ ਬਣ ਜਾਵੇ, ਅਧਰਮੀ ਜੋ ਹੈ ਕਦੀ ਵੀ ਦਿਲਾਂ ਉੱਤੇ ਰਾਜ ਨਹੀਂ ਕਰ ਸਕਦਾ। ਡਰਾ ਕੇ ਬੇਸ਼ੱਕ ਕਰ ਲਵੇ, ਔਰੰਗਜ਼ੇਬ ਨੇ ਡਰਾ ਕੇ ਬਹੁਤ ਰਾਜ ਕੀਤਾ, ਪਰ ਦਿਲਾਂ ਉੱਤੇ ਰਾਜ ਨਹੀਂ ਕਰ ਸਕਿਆ ਪ੍ਰਜਾ ਦੇ। ਮਹਾਰਾਜਾ ਰਣਜੀਤ ਸਿੰਘ ਨੇ ਦਿਲਾਂ ਉੱਤੇ ਰਾਜ ਕੀਤਾ, ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਦਿਲਾਂ ਉੱਤੇ ਰਾਜ ਕੀਤਾ। ਖਾਲਸਾ ਦਿਲ ਉੱਤੇ ਰਾਜ ਕਰਦਾ ਹੈ, ਦਿਲ ਜਿੱਤਦਾ ਹੁੰਦਾ ਹੈ। ਬੇਸ਼ੱਕ ਜਿਹੜਾ ਸਿੱਖੀ ਸਿਧਾਂਤ ਨੂੰ ਨਹੀਂ ਸਮਝਦਾ ਉਹ ਆਪਣਿਆਂ ਦਾ ਹੀ ਵੈਰੀ ਹੋ ਜਾਂਦਾ ਹੈ, ਪਰ ਸਾਨੂੰ ਤਾਂ ਕਿਹਾ ਗਿਆ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਕਹਿੰਦੇ ਗੁਰਸਿੱਖਾਂ ਦੇ ਵਿੱਚ ਇੰਨਾ ਕੁ ਪਿਆਰ ਹੋਣਾ ਚਾਹੀਦਾ ਹੈ ਕਿ ਸਕੇ ਭਰਾਵਾਂ ਤੋਂ ਵੱਧ ਕੇ ਆਪਣੇ ਸਿੱਖ ਵੀਰ ਨੂੰ ਪਿਆਰ ਕਰਨਾ ਹੈ। ਪਰ ਅਸੀਂ ਤਾਂ ਸਕੇ ਵੀਰਾਂ ਨਾਲ ਨਹੀਂ ਨਿਭਾ ਪਾਉਂਦੇ, ਅਤੇ ਗੁਆਂਢੀਆਂ ਨਾਲ ਕੀ ਨਿਭਾਵਾਂਗੇ। ਸਤਿਗੁਰੂ ਕਹਿ ਰਹੇ ਨੇ, ਹਰ ਸੱਜਣ ਦਾਮਣ ਲੱਗਿਆਂ ਕਿਸੇ ਨਾ ਦੇਈ ਬੰਨ। ਕਹਿੰਦੇ ਜੇ ਕਿਤੇ ਤੂੰ ਵਾਹਿਗੁਰੂ ਦਾ ਦਾਮਨ ਫੜ ਲਿਆ ਤੇ ਵਾਹਿਗੁਰੂ ਨੂੰ ਤੂੰ ਆਪਣਾ ਆਪਾ ਸੌਂਪ ਦਿੱਤਾ ਤੇ ਤੇਰੇ ਜੀਵਨ ਨੂੰ ਇਸ ਤਰ੍ਹਾਂ ਸਿੱਧਾ ਰੱਖੇਗਾ ਖਿੱਚ ਕੇ
ਜਿਸ ਤਰ੍ਹਾਂ ਦਾਮਣ ਜੋ ਹੈ ਨਾ ਉਹ ਮੰਜੇ ਦੇ ਬਾਣ ਨੂੰ ਖਿੱਚ ਕੇ ਰੱਖਦੀ, ਉਹਦਾ ਹੁਕਮ, ਉਹਦਾ ਸਿਧਾਂਤ, ਉਹਦੇ ਬੋਲ ਤੇਰੇ ਜੀਵਨ ਨੂੰ ਇੱਕ ਸੇਧ ਦੇ ਕੇ ਰੱਖਣਗੇ, ਫਿਰ ਤੇਰੇ ਜੀਵਨ ਦੇ ਵਿੱਚ ਦੁੱਖ ਵੀ ਸੁੱਖ ਬਣ ਜਾਣਗੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਹ ਕਾ ਡੇਰਾ ਭੰਨਾ, ਆਨੰਦ ਕਰ ਹੈ ਨਰ ਨਾਰੀ ਹਰ ਹਰ ਪਵ ਕਿਰਪਾ ਧਾਰੀ। ਅੱਗੇ ਸਾਹਿਬ ਜੀ ਕਹਿੰਦੇ ਕਿਸੇ ਨਾ ਦੇਈ ਬੰਨ, ਫਿਰ ਕੋਈ ਹੋਰ ਤੈਨੂੰ ਬੰਨ ਨਹੀਂ ਸਕੇਗਾ। ਜੇ ਤੂੰ ਆਪਣਾ ਆਪਾ ਸਮਰਪਿਤ ਕਰ ਦਿੱਤਾ ਮਾਲਕ ਵਾਹਿਗੁਰੂ ਜੀ ਨੂੰ ਤੇ ਫਿਰ ਤੈਨੂੰ ਕੌਣ। ਇੱਕ ਘਟਨਾ ਦਾਸ ਪੜ੍ਹ ਰਿਹਾ ਸੀ, ਜਦ ਗੁਲਾਮ ਪ੍ਰਥਾ ਸੀ ਨਾ, ਲੋਕ ਵਿਕਦੇ ਸਨ, ਵੇਚਦੇ ਸਨ, ਤੇ ਇੱਕ ਕੋਈ ਬਹੁਤ ਮਹਾਨ ਪੁਰਖ ਸੀ ਜੋ ਬੜਾ ਸਰੀਰ ਕਰਕੇ ਵੀ ਬਲਵਾਨ ਸੀ, ਬਲਸ਼ਾਲੀ ਸੀ, ਪਰ ਮਾਲਕ ਵਾਹਿਗੁਰੂ ਜੀ ਨੇ ਉਹਨੂੰ ਇੰਨਾ ਸੋਹਣਾ ਘੜਿਆ ਸੀ ਨਾ, ਉਹ ਸਰੀਰ ਕਰਕੇ ਇਤਨਾ ਸੁੰਦਰ ਸੀ ਕਿ ਦੁਨੀਆ ਦੇ ਵਿੱਚ ਹੋਰ ਕੋਈ ਇਹੋ ਜਿਹਾ ਘੜਿਆ ਹੋਇਆ ਵਾਹਿਗੁਰੂ ਜੀ ਦਾ ਉਹ ਬੰਦਾ ਨਜ਼ਰ ਨਹੀਂ ਸੀ ਆਉਂਦਾ। ਪਰ ਉਹ ਆਜ਼ਾਦ ਸੀ, ਉਹ ਦੁਨੀਆ ਦੇ ਬੰਧਨਾਂ ਤੋਂ ਮੁਕਤ ਸੀ। ਪਰ ਜੋ ਪੜ੍ਹਿਆ ਉਹਦੇ ਵਿੱਚ ਲਿਖਿਆ ਸੀ ਕਿ ਉਹ ਨਗਨ ਰਹਿੰਦਾ ਸੀ, ਤੇ ਉਦੋਂ ਗੁਲਾਮ ਪ੍ਰਥਾ ਸੀ, ਲੋਕ ਵਿਕਦੇ ਸਨ, ਤੇ ਚਾਰ ਕਿਤੇ ਠੱਗ ਸਨ, ਚਾਰ ਬੰਦਿਆਂ ਨੇ ਵੇਖ ਲਿਆ ਕਿ ਵੀ ਇਹ ਬੰਦਾ ਜੋ ਹੈ ਇਹਨੂੰ ਜੇ ਲਿਜਾ ਕੇ ਉਸ ਬਾਜ਼ਾਰ ਦੇ ਵਿੱਚ ਵੇਚਿਆ ਜਾਵੇ ਤੇ 10 ਗੁਲਾਮਾਂ ਦੇ ਬਰਾਬਰ ਤਾਂ ਮੁੱਲ ਇਹਦਾ ਇਕੱਲੇ ਦਾ ਮਿਲ ਜਾਵੇਗਾ, ਪਰ ਇਹਨੂੰ ਫੜਿਆ ਕਿਸ ਤਰ੍ਹਾਂ ਜਾਵੇ, ਇਹ ਤੇ ਚਾਰ ਬੰਦਿਆਂ ਦੇ ਵੀ ਕਬਜ਼ੇ 'ਚ ਨਹੀਂ ਆਉਣਾ। ਹੁਣ ਉਹ ਚਾਰੇ ਜੋ ਵਿਚਾਰਾਂ ਕਰ ਰਹੇ ਸਨ, ਪਰ ਇਹਨੂੰ ਬ੍ਰਹਮ ਗਿਆਨ ਸੀ, ਇਹਨੇ ਵੇਖਿਆ ਝਾੜੀਆਂ ਦੇ ਪਿੱਛੇ ਉਹ ਪਲਾਨਿੰਗ ਕਰ ਰਹੇ ਨੇ ਕਿਸ ਤਰ੍ਹਾਂ ਫੜੀਏ, ਅਤੇ ਉਹਨੇ ਆਵਾਜ਼ ਮਾਰ ਕੇ ਕਹਿ ਦਿੱਤਾ ਕਿ ਨਾ ਘਬਰਾਓ, ਨਾ ਲੁਕੋ, ਤੁਹਾਡੇ ਮਨ 'ਚ ਖਿਆਲ ਆ ਰਿਹਾ ਨਾ ਕਿ ਮੈਨੂੰ ਚੱਲ ਕੇ ਬਾਜ਼ਾਰ 'ਚ ਵੇਚਣਾ ਹੈ, ਅਤੇ ਚੱਲ ਕੇ ਵੇਚ ਦਿਉ, ਮੈਂ ਆਪ ਚੱਲ ਰਿਹਾ ਤੁਹਾਡੇ ਨਾਲ। ਹੁਣ ਉਹ ਘਬਰਾਉਣ, ਡਰਦੇ ਡਰਦੇ ਨਾਲ ਤੁਰ ਪਏ, ਲਾਲਚ ਵੀ ਸੀ, ਬਾਜ਼ਾਰ ਦੇ ਵਿੱਚ ਗਏ ਅਤੇ ਉਹ ਪਿੱਛੇ ਲੁੱਕ ਲੁੱਕ ਕੇ ਖੜ੍ਹੇ ਨੇ ਕਿ ਕਿਤੇ ਮਾਰ ਹੀ ਨਾ ਦੇਵੇ ਸਾਨੂੰ, ਅਤੇ ਬੋਲੀ ਵੀ ਨਹੀਂ ਲਗਾ ਪਾ ਰਹੇ ਸਨ ਡਰ ਦੇ ਕਰਕੇ, ਅਤੇ ਉਹਨੇ ਆਪਣੀ ਬੋਲੀ ਆਪ ਲਾਉਣੀ ਸ਼ੁਰੂ ਕਰ ਦਿੱਤੀ। ਉੱਥੇ ਕਈ ਰਾਜੇ ਮਹਾਰਾਜੇ ਆਏ ਹੋਏ ਸਨ, ਰਾਜਕੁਮਾਰ ਆਏ ਹੋਏ ਸਨ ਗੁਲਾਮਾਂ ਨੂੰ ਖਰੀਦਣ, ਬੜੇ ਬੜੇ ਅਮੀਰ ਧਨਾਢ ਬੰਦੇ ਵੀ ਆਏ ਹੋਏ ਸਨ, ਬਾਜ਼ਾਰ ਲੱਗਾ ਸੀ, ਅਤੇ ਇਹ ਜਿਹੜਾ ਦੁਨੀਆ ਤੋਂ ਪਰਾਮ ਆਜ਼ਾਦ ਮਨ ਦਾ ਮਾਲਕ ਸੀ, ਇਹਨੇ ਆਵਾਜ਼ ਮਾਰੀ, ਓਏ ਗੁਲਾਮੋ, ਮੇਰਾ ਹੋਕਾ ਸੁਣੋ, ਮੈਂ ਆਪਣੀ ਬੋਲੀ ਆਪ ਲਾ ਰਿਹਾ, ਕਿਉਂਕਿ ਜਿਹੜੇ ਚਾਰ ਮੈਨੂੰ ਵੇਚਣ ਆਏ ਨੇ ਨਾ, ਇਹ ਤਾਂ ਡਰ ਦੇ ਗੁਲਾਮ ਨੇ, ਇਹ ਤਾਂ ਲੋਭ ਦੇ ਗੁਲਾਮ ਨੇ, ਅਤੇ ਤੁਸੀਂ ਸਾਰੇ ਵੀ ਗੁਲਾਮ ਹੋ, ਕਿਸੇ ਨਾ ਕਿਸੇ ਬੰਧਨ ਦੇ ਮੁਹਤਾਜ ਹੋ, ਮੈਂ ਆਜ਼ਾਦ ਹਾਂ ਅਤੇ ਮੈਂ ਆਪਣੀ ਬੋਲੀ ਆਪ ਲਾ ਰਿਹਾ, ਜੋ ਖਰੀਦਣਾ ਚਾਹੇ ਖਰੀਦ ਲਵੇ,
ਅਤੇ ਮੁੱਲ ਇਹਨਾਂ ਚਾਰਾਂ ਨੂੰ ਦੇ ਦਿਓ। ਹੁਣ ਕੌਣ ਅੱਗੇ ਵਧੇ, ਕਿਸ ਦੀ ਜ਼ਰੂਰਤ ਪਵੇ? ਇਤਨਾ ਬਲਵਾਨ ਗੁਲਾਮ ਜੇ ਲੈ ਕੇ ਘਰ ਚਲੇ ਵੀ ਗਏ, ਗੁਲਾਮ ਦੀ ਆਪਣੀ ਮਰਜ਼ੀ ਤਾਂ ਕੋਈ ਹੁੰਦੀ ਨਹੀਂ, ਉਹਨੂੰ ਤਾਂ ਗੁਲਾਮ ਬਣਾ ਕੇ ਰੱਖਿਆ ਜਾਂਦਾ, ਪਰ ਇਹ ਤਾਂ ਆਜ਼ਾਦ ਬੰਦਾ ਲੱਗਦਾ ਬਿਲਕੁਲ। ਕੱਲ੍ਹ ਨੂੰ ਕੋਈ ਮੁਸ਼ਕਲ ਖੜੀ ਕਰ ਦੇਵੇ, ਕਿਸੇ ਨੂੰ ਮਾਰ ਮੁਕਾਵੇ, ਕੋਈ ਅੱਗੇ ਨਹੀਂ ਸੀ ਵੱਧਦਾ। ਉਹਨੇ ਫਿਰ ਉਦੋਂ ਇਹ ਗੱਲ ਕਹੀ ਕਿ ਮਨ ਜੀਤੈ ਜਗਜੀਤ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਵਿਕਾਰਾਂ ਨੂੰ ਜਿੱਤ ਲੈਂਦਾ ਹੈ। ਉਹਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕੋਈ ਜ਼ੋਰ ਨਹੀਂ ਪਾ ਸਕਦੇ, ਕਿਉਂਕਿ ਉਹ ਵੱਡੇ ਨਾਲ ਜੁੜ ਕੇ ਵੱਡਾ ਹੋ ਗਿਆ ਹੁੰਦਾ ਹੈ। ਉਹਨਾਂ ਦੁਨਿਆਵੀ ਲੋਭ ਲਾਲਚਾਂ ਤੋਂ, ਪਦਾਰਥਾਂ ਤੋਂ ਬਹੁਤ ਉੱਪਰ ਉੱਠ ਚੱਕਿਆ ਹੁੰਦਾ ਹੈ। ਤਾਂ ਹੀ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ ਨਾ, ਦੌਲਤ ਅੰਦਰ ਖਾਕ ਪਾਏ ਮੁੱਕ ਬਿਲਾਂ, ਦਰ ਲਿਬਾਸੇ ਦੁਨੀਆਵੀ ਫਾਰਗ ਅਜ਼ਾਮ। ਕਹਿੰਦੇ ਇਹੋ ਜਿਹੇ ਬੰਦੇ ਪਤਾ ਕਿਹੜੇ ਹੁੰਦੇ ਨੇ, ਜਿਨ੍ਹਾਂ ਬਾਰੇ ਵਾਹ ਸਤਿਗੁਰੂ ਕਹਿ ਰਹੇ ਨੇ, ਹਰ ਸੱਜਣ ਦਾਮਣ ਲੱਗਿਆਂ ਕਿਸੇ ਨਾ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭੂ ਨ ਲੱਗੈ ਨਾ ਹੀ ਸੰਨ। ਉਹ ਕੌਣ ਹੁੰਦੇ ਨੇ? ਕਹਿੰਦੇ ਉਹ ਹੁੰਦੇ ਨੇ, ਉਹਨਾਂ ਦਾ ਲਿਬਾਸ ਭਾਵੇਂ ਦੁਨਿਆਵੀ ਹੋਵੇ, ਸਾਡੇ ਵਰਗੇ ਹੀ ਹੋਣ, ਹੋ ਸਕਦਾ ਸਾਡੀ ਇੱਥੇ ਸੰਗਤ ਵਿੱਚ ਕੋਈ ਬੈਠਾ ਹੋਵੇ, ਜਾਂ ਸਾਡੇ ਘਰ ਪਰਿਵਾਰ ਵਿੱਚ ਕੋਈ ਹੋਵੇ, ਕੋਈ ਬੀਬੀ ਹੋਵੇ, ਕੋਈ ਮਾਤਾ ਹੋਵੇ, ਕੋਈ ਬਜ਼ੁਰਗ ਹੋਵੇ, ਕੋਈ ਬੱਚਾ ਵੀ ਹੋ ਸਕਦਾ ਹੈ, ਉਹਦਾ ਲਿਬਾਸ ਦੁਨਿਆਵੀ ਹੋਵੇਗਾ ਤੁਹਾਡੇ ਵਰਗਾ ਮੇਰੇ ਵਰਗਾ, ਪਰ ਉਹ ਅੰਦਰੋਂ ਉਪਰਾਮ ਹੋਵੇਗਾ, ਦੌਲਤ ਉਹਦੇ ਕਦਮਾਂ 'ਚ ਰੁਲੇਗੀ, ਪੈਰਾਂ 'ਚ ਰੁਲੇਗੀ, ਪਰ ਉਸ ਤੋਂ ਉੱਪਰ ਉੱਠਿਆ ਹੋਇਆ ਹੋਵੇਗਾ। ਦੌਲਤ ਅੰਦਰ ਖਾਕ ਪਾਏ ਮੁੱਕ ਬਿਲਾਂ, ਦਰ ਲਿਬਾਸੇ ਦੁਨੀਆਵੀ, ਦੁਨੀਆਵੀ ਲਿਬਾਸ ਹੋਵੇਗਾ। ਫਾਰਗ ਅਜ਼ਾਂ, ਪਰ ਉਹ ਫਾਰਗ ਹੈ, ਉਹ ਆਜ਼ਾਦ ਹੈ। ਉਹ ਫਿਰ ਇਹ ਦੁਨਿਆਵੀ ਹੀਰੇ ਮੋਤੀ ਨਹੀਂ ਇਕੱਠੇ ਕਰਦਾ, ਉਹ ਨਾਮ ਰੂਪੀ ਮੋਤੀ ਇਕੱਠੇ ਕਰਦਾ, ਜਿਸ ਤਰ੍ਹਾਂ ਹੁਣ ਤੁਸੀਂ ਇੱਥੋਂ ਪ੍ਰਾਪਤ ਕਰ ਰਹੇ ਹੋ। ਹੁਣ ਇਹਨੂੰ ਸੰਭਾਲਣਾ ਨਹੀਂ ਸੰਭਾਲਣਾ, ਉਹ ਤੁਹਾਡੇ ਮਨ ਉੱਤੇ ਹੈ, ਤੁਹਾਡੇ ਉੱਤੇ ਹੈ। ਕੌਣ ਸੰਭਾਲਦਾ? ਅੱਜ ਆਪਣੇ ਆਪਣੇ ਮਨ ਤੋਂ ਪੁੱਛਦੇ ਹੋਇਓ ਜਾਇਓ, ਕਿ ਕਥਾ ਤਾਂ ਰੋਜ਼ ਸੁਣਦੇ ਹੋ, ਕੋਈ ਸਾਖੀ ਚੇਤੇ ਰਹਿ ਵੀ ਜਾਂਦੀ ਹੈ, ਕੋਈ ਸਿੱਖਿਆ ਯਾਦ ਵੀ ਰਹਿੰਦੀ ਹੈ? ਗੁਰਦੁਆਰੇ ਤੋਂ ਨਿਕਲਦੇ ਹਾਂ ਕਿ ਅੱਜ ਇਹ ਕੁਝ ਬੋਲਿਆ ਗਿਆ ਸੀ, ਇਹਨੂੰ ਮੈਂ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਾਂਗਾ। ਜੇ ਯਤਨ ਹੈ ਕਿ ਕੋਸ਼ਿਸ਼ ਕਰਾਂਗਾ, ਤਾਂ ਸਮਝ ਲਓ ਤੁਸੀਂ ਉਹ ਮਾਣਕ ਮੋਤੀ ਨਾਮ ਪ੍ਰਭ ਉਹ ਸੰਭਾਲ ਲਿਆ, ਅਤੇ ਫਿਰ ਕੀ ਹੋਵੇਗਾ? ਉਹਨੇ ਲੱਗਿਆ ਨਾ ਹੀ ਸੰਨ। ਸੰਨ ਕਿਹਨੂੰ ਕਿਹਾ ਜਾਂਦਾ? ਸੰਨ ਨਾ, ਚੋਰ ਲੁਟੇਰੇ ਕੀ ਕਰਦੇ ਸਨ ਕਿ ਕੋਈ ਘਰ ਖਾਲੀ ਵੇਖਿਆ ਕਿ ਜਿਹਦੇ ਬੰਦੇ ਤਾਲਾ ਤੁਲਾ ਲਾ ਕੇ ਅਤੇ ਨਿਕਲ ਗਏ ਨੇ, ਕਿਤੇ ਗਏ ਹੋਏ ਨੇ, ਅਤੇ ਸਾਹਮਣੇ ਤੋਂ ਦਰਵਾਜ਼ੇ ਵਾਲੇ ਸਾਈਡ ਤੋਂ ਜਾਣਗੇ ਅਤੇ ਫੜੇ ਵੀ ਜਾ ਸਕਦੇ ਨੇ, ਉਹ ਫਿਰ ਪਿਛਲਾ ਹਿੱਸਾ ਲੱਭਦੇ ਸਨ, ਕੋਈ ਸੁਨਸਾਨ ਪਾਸਾ, ਉੱਥੋਂ ਫਿਰ ਦੀਵਾਰ ਦੇ ਵਿੱਚ ਸੰਨ ਲਾਉਂਦੇ ਸਨ। ਮਤਲਬ ਕਿ ਥੋੜ੍ਹੀ ਥੋੜ੍ਹੀ ਇੱਟਾਂ ਕੱਢ ਕੇ ਉਤਨੀ ਜਗ੍ਹਾ ਬਣਾ ਲੈਣੀ ਕਿ ਅੰਦਰ ਵੜ ਜਾਣਾ ਅਤੇ ਚੋਰੀ ਕਰਕੇ ਸਭ ਕੁਝ ਲੁੱਟ ਕੇ ਲੈ ਜਾਣਾ, ਉਹਨੂੰ ਸੰਨ ਕਹਿੰਦੇ ਨੇ। ਬਾਸਰਕੇ ਪਿੰਡ ਨਾ ਸੰਨ ਸਾਹਿਬ ਗੁਰਦੁਆਰਾ ਵੀ ਹੈ,
ਭਾਈ ਚਰਨਜੀਤ ਸਿੰਘ ਜੀ, ਸੰਨ ਸਾਹਿਬ ਗੁਰਦੁਆਰਾ ਵੀ ਹੈ, ਕਿਉਂਕਿ ਜਦ ਸਤਿਗੁਰੂ ਜਾ ਕੇ ਅੰਦਰ ਬੈਠ ਗਏ ਸਨ ਅਤੇ ਫਿਰ ਸਿੱਖਾਂ ਨੇ ਪਿੱਛੋਂ ਸੰਨ ਲਾ ਕੇ, ਕਿਉਂਕਿ ਸਤਿਗੁਰੂ ਨੇ ਇਹ ਕੰਡੀਸ਼ਨ ਲਾ ਦਿੱਤੀ ਸੀ ਕਿ ਕੋਈ ਵੀ ਦਰਵਾਜ਼ਾ ਨਹੀਂ ਖੋਲ੍ਹੇਗਾ, ਫਿਰ ਸੰਨ ਲਾ ਕੇ ਅੰਦਰ ਗਏ ਸਨ। ਉਹ ਇੱਕ ਚੰਗੇ ਕੰਮ ਲਈ ਗਏ ਸਨ, ਪਰ ਇੱਥੇ ਉਦਾਹਰਣ ਜਿਹੜਾ ਆਮ ਚੋਰ ਸੰਨ ਲਾ ਕੇ ਚੋਰੀ ਕਰਦੇ ਨੇ, ਕਹਿੰਦੇ ਦੁਨਿਆਵੀ ਤੇਰੇ ਕੋਲ ਦੌਲਤ ਹੋਵੇਗੀ, ਕੋਈ ਸੰਨ ਲਾ ਕੇ ਚੁਰਾ ਵੀ ਸਕਦਾ ਹੈ, ਪਰ ਇਹ ਜਿਹੜੇ ਮਾਣਕ ਮੋਤੀ ਨਾਮ ਪ੍ਰਭ, ਇਹ ਜਿਹੜਾ ਧਨ ਤੁਸੀਂ ਹੁਣ ਇਕੱਠਾ ਕਰ ਰਹੇ ਹੋ, ਇਹ ਤੁਹਾਡਾ ਆਪਣਾ ਬੱਚਾ ਵੀ ਤੁਹਾਡੇ ਤੋਂ ਨਹੀਂ ਖੋ ਸਕਦਾ, ਇਹਦੇ ਉੱਤੇ ਕੋਈ ਦਾਵਾ ਕਰ ਹੀ ਨਹੀਂ ਸਕਦਾ। ਰੰਗ ਸਭੇ ਨਾਰਾਇਣੇ ਜੇਤੇ ਮਨ ਭਾਵਨ, ਕਹਿੰਦੇ ਜੇ ਕਿਤੇ ਤੂੰ ਮਾਲਕ ਵਾਹਿਗੁਰੂ ਨਾਲ ਜੁੜ ਗਿਆ ਨਾ, ਤਾਂ ਸੱਜਣਾ ਤੇਰੀ ਜ਼ਿੰਦਗੀ ਦੇ ਵਿੱਚ ਰੰਗ ਹੀ ਰੰਗ ਹੋਣਗੇ। ਉਹ ਸਾਰੇ ਵਾਹਿਗੁਰੂ ਨੇ ਤਾਂ ਬਣਾਏ ਨੇ, ਫਿਰ ਸਾਰੇ ਰੰਗ ਤੈਨੂੰ ਭਾਉਣਗੇ, ਫਿਰ ਸਾਰੇ ਰੰਗ ਤੂੰ ਜੀਵਨ ਦੇ ਮਾਣ ਸਕਦਾ ਹੈ, ਭਾਵ ਕਿ ਸਾਰੇ ਪਦਾਰਥਾਂ ਨੂੰ ਭੋਗ ਸਕਦਾ ਹੈ। ਅੱਗੇ ਸਾਹਿਬ ਕਹਿੰਦੇ ਨੇ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਵਾਹਿਗੁਰੂ ਨੂੰ ਭਾਉਂਦਾ ਨਾ ਉਹੀ ਹੁੰਦਾ। ਬੰਦਾ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ, ਪਰ ਕਈ ਵਾਰੀ ਉਹ ਲੰਮੀ ਖੁੱਲ੍ਹ ਦੇ ਦਿੰਦਾ, ਵੇਖਦਾ ਕਿੱਥੇ ਤੱਕ ਦੌੜ ਸਕਦਾ, ਕਿੰਨੇ ਕੁ ਪਾਪ ਕਮਾ ਸਕਦਾ। ਜਦ ਉਹਨੇ ਖਿੱਚਣਾ ਹੈ, ਇੱਕ ਛਿੰਨੇ 'ਚ ਖਿੱਚ ਲੈਣਾ ਹੈ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਆਂ ਧੰਨ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਬੁਲਾ ਲਿਆ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕਹਿੰਦੇ ਉਹ ਗੱਲ ਬਣ ਜਾਂਦੀ ਹੈ, ਉਹੀ ਧੰਨ ਨੇ ਆਪਣ ਲਈ ਆ, ਜੇ ਮਿਲੇ ਵਿਛੁੜ ਕਿਉਂ ਰੋਵਨ। ਜੇ ਵਾਹਿਗੁਰੂ ਪਰਮਾਤਮਾ ਸਾਡੀ ਮਰਜ਼ੀ ਨਾਲ ਉਹਨੂੰ ਅਸੀਂ ਪਕੜ ਸਕੀਏ, ਕੈਦ ਕਰ ਸਕੀਏ, ਅਤੇ ਵਿਛੁੜ ਕੇ ਕੋਈ ਕਿਉਂ ਰੋਵੇ, ਪਰ ਸਾਡੀ ਮਰਜ਼ੀ ਨਾਲ ਨਹੀਂ ਮਿਲਦਾ। ਹਾਂ, ਸਾਨੂੰ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ, ਆਪਣੀ ਮਰਜ਼ੀ ਛੱਡਣੀ ਪੈਂਦੀ ਹੈ, ਉਹਦੀ ਮਰਜ਼ੀ ਦੇ ਵਿੱਚ ਰਾਜ਼ੀ ਹੋਣਾ ਪੈਂਦਾ ਹੈ। ਪਰ ਕੌਣ ਹੁੰਦਾ ਹੈ ਇੱਥੇ? ਤਾਂ ਕਹਿੰਦੇ ਸੁਣੋ, ਸਭ ਕੀ ਕਰੋ ਮਨ ਕੀ, ਮੇਰੀ ਮਰਜ਼ੀ ਜੋ ਮੈਂ ਚਾਹਵਾਂ। ਇੱਥੇ ਛੋਟੇ ਤੋਂ ਛੋਟੇ ਛੋਟਾ ਬੱਚਾ ਵੀ ਘਰ ਪਰਿਵਾਰ ਦੀ ਮਰਜ਼ੀ ਨੂੰ ਵੇਖਦਿਆਂ ਵੇਖਦਿਆਂ ਉਹ ਵੀ ਉਹੋ ਜਿਹਾ ਸੁਭਾਅ ਪਾਲ ਲੈਂਦਾ ਹੈ। ਉਹ ਵੇਖਦਾ ਮੇਰੀ ਮਾਂ 'ਚ ਇੰਨੀ ਈਗੋ ਹੈ, ਇੰਨੀ ਹਉਮੈ, ਮੇਰੇ ਪਿਤਾ ਨੂੰ ਕੋਈ ਸਮਝਦੀ ਨਹੀਂ ਹੈ, ਮੇਰੇ ਪਿਤਾ 'ਚ ਇਤਨੀ ਹਉਮੈ ਹੈ, ਇਹ ਕਿਸੇ ਨੂੰ ਕੁਛ ਸਮਝਦਾ ਨਹੀਂ, ਮੇਰੀ ਮਾਂ ਨੂੰ ਕੁਛ ਨਹੀਂ ਸਮਝਦਾ, ਮੇਰੇ ਭੈਣ ਭਰਾਵਾਂ ਵਿੱਚ ਇੰਨੀ ਈਗੋ। ਅਤੇ ਉਹ 3 ਸਾਲ 4 ਸਾਲ ਦਾ ਬੱਚਾ, ਇੰਨੀ ਉਹਦੇ 'ਚ ਈਗੋ ਆ ਜਾਂਦੀ ਹੈ, ਛੋਟੀ ਛੋਟੀ ਗੱਲ 'ਤੇ ਰੁੱਸ ਕੇ ਉਹ ਦੌੜ ਜਾਂਦਾ, ਚੀਜ਼ਾਂ ਤੋੜ ਦਿੰਦਾ, ਸੁੱਟ ਦਿੰਦਾ। ਕਿੱਥੋਂ ਸਿੱਖਿਆ? ਤੁਹਾਡੇ ਤੋਂ ਹੀ ਸਿੱਖਿਆ। ਸਾਹਿਬ ਕਹਿੰਦੇ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਜੋ ਗੁਰੂ ਸਾਧੂ ਤੋਂ ਇਹ ਚੰਗੀ ਗੱਲਾਂ ਪ੍ਰਾਪਤ ਕਰਦੇ ਨੇ ਨਾ, ਅਹੰਕਾਰ ਨੂੰ ਛੱਡ ਕੇ ਨਿਰੰਕਾਰ ਵਾਲੇ ਪਾਸੇ ਤੁਰਦੇ ਨੇ, ਉਹਦਾ ਪੂਰਾ ਪਰਿਵਾਰ ਹੀ, ਬੱਚੇ ਵੀ ਉਹੀ ਕੁਝ ਸਿੱਖਣਾ ਆਰੰਭ ਕਰ ਦਿੰਦੇ ਨੇ। ਅਤੇ ਕਹਿੰਦੇ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਕਿਆ ਪਿਆਰਾ ਸ਼ਬਦ ਵਰਤਿਆ ਹੈ, ਰੰਗੀਲਾ। ਵਾਹਿਗੁਰੂ ਰੰਗਿਆ ਹੋਇਆ ਹੈ ਪ੍ਰੇਮ ਰੰਗ ਵਿੱਚ, ਉਹਦੇ ਵਰਗਾ ਹੋਰ ਰੰਗੀਲਾ ਕੋਈ ਨਹੀਂ ਹੈ, ਕਿਉਂਕਿ ਸਾਰੇ ਰੰਗ ਹੀ ਉਹਨੇ ਬਣਾਏ ਨੇ, ਅਤੇ ਰੰਗ ਦਾ ਅਰਥ ਪ੍ਰੇਮ ਵੀ ਹੁੰਦਾ ਹੈ।
ਕਾਸ਼ ਗੁਰੂ ਦੀ ਗੱਲ ਕਰਦਿਆਂ ਕਰਦਿਆਂ ਤੁਹਾਡੀ ਅੱਖਾਂ 'ਚ ਅਥਰੂ ਆ ਜਾਣ, ਤੁਸੀਂ ਵੈਰਾਗ 'ਚ ਭਿੱਜ ਜਾਓ। ਇਹ ਦਾਸ ਨਹੀਂ ਕਹਿ ਰਿਹਾ, ਇਹ ਆਸਾ ਦੀ ਵਾਰ ਸੁਣਦੇ ਹੋ ਨਾ, ਰੰਗ ਹੱਸੈਂ ਰੰਗ ਰੋਵੈ, ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੈ ਨਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਦੁਨੀਆ ਬੜਾ ਰੋਂਦੀ ਹੈ, ਘਰ ਦੇ ਵਿੱਚ ਨਾ ਮੌਤ ਹੋ ਜਾਵੇ, ਬੰਦਾ ਬਰਬਾਦ ਹੋ ਜਾਵੇ, ਅਤੇ ਕਹਿੰਦੇ ਪੁੱਤਰ ਮਰਿਆ ਹੋਵੇ ਜਵਾਨ, ਅਤੇ ਮਾਵਾਂ ਕਿੱਦਾਂ ਰੋਂਦੀਆਂ ਨੇ, ਹੈ ਹੈ ਕਰਕੇ ਉਹ ਕਰੇਨ, ਹਾਏ ਹਾਏ ਕਰਦੀਆਂ ਨੇ, ਉਹ ਕਰਦੀਆਂ ਨੇ, ਗੱਲਾਂ ਪਿੱਟਣ ਗੱਲਾਂ ਪਿੱਟਦੀਆਂ ਨੇ, ਸਿਰ ਖੋਹੇਨ ਸਿਰ ਦੇ ਵਾਲ ਪੜਸੜਦੀਆਂ ਨੇ, ਦੋ ਹੱਥੜੇ ਮਾਰ ਕੇ ਧਰਤੀ ਹਿਲਾ ਦਿੰਦੀਆਂ ਨੇ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਇਹ ਰੋਣਾ ਮੈਨੂੰ ਪ੍ਰਵਾਨ ਨਹੀਂ, ਕਾਸ਼ ਹੋਵੇ ਕੋਈ ਇਹੋ ਜਿਹਾ ਜਿਹਦੀ ਅੱਖਾਂ 'ਚ ਇੱਕ ਅਥਰੂ ਵੀ ਵਾਹਿਗੁਰੂ ਦੇ ਪ੍ਰੇਮ ਦੇ ਕਰਕੇ ਆ ਜਾਵੇ, ਉਸ ਵਿਛੋੜੇ ਕਰਕੇ, ਗੁਰੂ ਦੇ ਪ੍ਰੇਮ ਕਰਕੇ ਅੱਖਾਂ 'ਚ ਅਥਰੂ ਆ ਜਾਣ। ਅੱਜ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ 'ਤੇ ਨਹੀਂ ਪੁੱਜ ਸਕਿਆ। ਤੁਸੀਂ ਕੋਰੋਨਾ ਵਾਲਾ ਟਾਈਮ ਵੇਖਿਆ, ਗੁਰਦੁਆਰਿਆਂ ਵੱਲ ਆਉਣ ਨਹੀਂ ਦਿੱਤਾ ਜਾ ਰਿਹਾ ਸੀ, ਅਤੇ ਦਾਸ ਜਦ ਆਉਂਦਾ ਸੀ ਇੱਥੋਂ ਬਾਹਰੋਂ ਇੱਥੇ ਖੜ੍ਹੇ ਹੋ ਕੇ ਮੈਂ ਦੇਖਿਆ, ਮਤੀਦਾਸ ਚੌਕ ਤੋਂ ਪਿੱਛੇ ਰੋਕਿਆ ਹੋਇਆ, ਪੁਲਿਸ ਆਉਣ ਨਹੀਂ ਸੀ ਦੇ ਰਹੀ, ਲੋਕ ਭੁੱਬਾਂ ਮਾਰ ਕੇ ਰੋ ਰਹੇ ਸਨ, ਲੋਕਾਂ ਸੰਗਤ ਦੇ ਅੱਖਾਂ 'ਚ ਅਥਰੂ ਸਨ। ਕਾਸ਼ ਇਹ ਪਿਆਰ ਜਾਗ ਜਾਵੇ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਇਹ ਪ੍ਰੇਮ ਆਪਣੇ ਅੰਦਰ ਪੈਦਾ ਕਰੋ, ਘਰ ਪਰਿਵਾਰਾਂ ਨਾਲ ਬੱਚਿਆਂ ਨਾਲ ਬਹੁਤ ਪ੍ਰੇਮ ਹੈ, ਛੋਟੀ ਛੋਟੀ ਗੱਲਾਂ 'ਤੇ ਅਸੀਂ ਰੋ ਪੈਂਦੇ ਹਾਂ, ਕਾਸ਼ ਤੁਹਾਡੀ ਅੱਖਾਂ 'ਚ ਕਥਰੂ ਗੁਰੂ ਦੇ ਪ੍ਰੇਮ ਕਰਕੇ ਵੀ ਆ ਜਾਵੇ, ਫਿਰ ਗੱਲ ਬਣ ਜਾਵੇਗੀ। ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਗੱਲ ਕਹੀ ਪੂਰੀ ਲਾਈਨ ਪਤਾ ਕੀ ਹੈ, ਹੈ ਹੈ ਕਰਕੇ ਉਹ ਕਰੇ ਗੱਲਾਂ ਪਿੱਟਣ ਸਿਰ ਖੋਹੇਨ, ਇਹ ਰੋਣਾ ਪ੍ਰਵਾਨ ਨਹੀਂ, ਕਾਸ਼ ਇੱਕ ਅਥਰੂ ਵੀ ਆ ਜਾਵੇ, ਨਾਉ ਲੈਣ ਅਰ ਕਰਨ ਸੰਭਾਏ, ਨਾਨਕ ਤਿੰਨ ਬਲਿਹਾਰੇ ਜਾਏ। ਨਾਨਕ ਜੀ ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ, ਅਤੇ ਜਦ ਤੁਹਾਡੀ ਅੱਖਾਂ 'ਚ ਪ੍ਰੇਮ ਵਿੱਚ ਭਿੱਜ ਕੇ ਇੱਕ ਅਥਰੂ ਆ ਗਿਆ ਨਾ, ਅਤੇ ਫਿਰ ਗੁਰੂ ਨਾਨਕ ਤੁਹਾਡੇ ਤੋਂ ਬਲਿਹਾਰ ਜਾਵੇਗਾ, ਅਤੇ ਜਿਸ ਤੋਂ ਗੁਰੂ ਨਾਨਕ ਸਦਕੇ ਜਾ ਰਿਹਾ ਹੈ ਉਹ ਤਾਂ ਜੀਵਨ ਵਿੱਚ ਸਫਲਤਾ ਹਾਸਲ ਕਰ ਗਿਆ। ਇਤਨੀ ਕੁ ਸੇਵਾ ਪ੍ਰਵਾਨ ਕਰਨਾ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।